ਸਤਿ ਸ਼੍ਰੀ ਅਕਾਲ, ਨਮਸਕਾਰ, ਵੈਲਕਮ ਬੈਕ ਟੂ ਆਰ ਸ਼ੋਅ ਰੋਡ ਟੂ ਮੈਡੀਸਨ। ਮੈਂ ਡਾਕਟਰ ਸਵੈਮਾਨ ਸਿੰਘ। ਇਸ ਟਾਈਮ 'ਤੇ ਦੁਨੀਆ ਵਿੱਚ ਬੜੀ ਖੌਫ ਦੀ ਸਥਿਤੀ ਬਣੀ ਹੋਈ ਆ। ਤੁਹਾਨੂੰ ਵੀ ਪਤਾ ਕਿ ਜਿਹੜੀ ਕਰੋਨਾ ਵਾਇਰਸ, ਉਹਦੇ ਕਰਕੇ ਕਾਫੀ ਵਟਸਐਪ 'ਤੇ, ਔਨਲਾਈਨ, ਅਲੱਗ ਅਲੱਗ ਥਾਵਾਂ 'ਤੇ ਬਹੁਤ ਜ਼ਿਆਦਾ ਮਿਸਇਨਫੋਰਮੇਸ਼ਨ ਆ। ਸੋ ਸਾਰੀ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਸੋਚਿਆ ਕਿ ਕੋਈ ਸ਼ੋਅ ਆਪਣੇ ਦਰਸ਼ਕਾਂ ਲਈ ਕਰੀਏ ਕਿ ਜਿਹਦੇ ਉੱਪਰ ਆਪਾਂ ਦੱਸ ਸਕੀਏ ਕਿ ਇਹ ਕਰੋਨਾ ਵਾਇਰਸ ਹੈ ਕੀ, ਕਿੱਥੋਂ ਆਈ, ਕਿ ਵਾਕਿਆ ਹੀ ਆਪਾਂ ਨੂੰ ਉਹਨਾਂ ਡਰਨ ਦੀ ਲੋੜ ਹੈ ਜਿੰਨਾ ਕਿ ਮੀਡੀਆ ਵਿੱਚ ਆ ਰਿਹਾ, ਅਤੇ ਜੇ ਡਰ ਹੈਗਾ ਤਾਂ ਆਪਾਂ ਇਹਨੂੰ ਕਿੱਦਾਂ ਪ੍ਰੀਵੈਂਟ ਕਰ ਸਕਦੇ, ਕਿੱਦਾਂ ਆਪਣੀ ਜਾਨ ਬਚਾ ਸਕਦੇ ਹਾਂ। ਸੋ ਉਹਦੇ ਉੱਪਰ ਆਪਾਂ ਅੱਜ ਡਿਸਕਸ ਕਰਾਂਗੇ। ਸੋ ਪਹਿਲੀ ਗੱਲ ਤਾਂ ਇਹ ਜਿਹੜੀ ਮੈਂ ਕਲੀਅਰ ਕਰ ਦੇਵਾਂ ਕਿ ਇਹ ਵਾਕਿਆ ਹੀ ਡਰ ਦੀ ਘੜੀ ਆ, ਕਿਉਂਕਿ ਐਸੀ ਬਿਮਾਰੀ ਜਿਹਦਾ ਇਲਾਜ ਕੋਈ ਨਾ ਹੋਵੇ, ਜਿਹਦੀ ਵੈਕਸੀਨ ਕੋਈ ਨਾ ਹੋਵੇ, ਇੱਥੋਂ ਤੱਕ ਕਿ ਜਿਹੜਾ ਉਹਦਾ ਟੈਸਟ ਆ ਉਹ ਵੀ ਸਾਨੂੰ ਪਤਾ ਨਾ ਹੋਵੇ ਕਿ ਇਹ ਕੰਮ ਕਰਦਾ ਕਿ ਨਹੀਂ ਕਰਦਾ, ਉਦੋਂ ਡਰ ਦੀ ਘੜੀ ਤਾਂ ਬਣਦੀ ਆ, ਅਤੇ ਡਰਨਾ ਚਾਹੀਦਾ ਵੀ ਆ। ਅਤੇ ਮੈਂ ਬਹੁਤ ਖੁਸ਼ੀ ਨਾਲ ਕਹੂੰਗਾ ਕਿ ਜਿਹੜੇ ਸਾਡੇ ਸੰਸਥਾਵਾਂ ਵਾਂ, ਭਾਵੇਂ ਉਹ ਅਕਾਲ ਤਖਤ ਆ, ਭਾਵੇਂ ਉਹ ਸਾਡੇ ਰਿਲੀਜੀਅਸ ਲੀਡਰ ਆ, ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਸੀਚੇਵਾਲ ਸਾਹਿਬ, ਉਹਨਾਂ ਸਾਰਿਆਂ ਨੇ ਇੱਕ ਪੰਜਾਬ ਵਿੱਚ ਇੱਕ ਗੱਲ ਬਣਾਈ ਆ ਕਿ ਹਾਂ, ਲੋਕ ਇੱਕ ਥਾਂ 'ਤੇ ਇਕੱਠੇ ਨਾ ਹੋਣ, ਕਿ ਉਹ ਰਿਅਲਾਈਜ਼ ਕਰਦੇ ਆ ਕਿ ਇਹ ਵਾਕਿਆ ਡਰ ਦੀ ਸਥਿਤੀ ਆ। ਸੋ ਬਹੁਤ ਹੀ ਡਰਨ ਵਾਲੀ ਘੜੀ ਆ, ਆਪਣੇ ਆਪ ਨੂੰ ਬਚਾਉਣਾ ਬਹੁਤ ਜ਼ਰੂਰੀ ਆ, ਪਰ ਇਹ ਐਸੀ ਚੀਜ਼ ਆ ਜਿਹ ਤੋਂ ਆਪਾਂ ਬਚ ਸਕਦੇ ਹਾਂ ਬਹੁਤ ਕਲੀਅਰਲੀ, ਬਹੁਤ ਈਜ਼ਲੀ। ਸੋ ਅਸੀਂ ਇਹੋ ਹੀ ਸ਼ੋਅ ਇਸੇ ਲਈ ਤੁਹਾਡੇ ਲੈ ਕੇ ਆਏ ਹਾਂ ਕਿ ਤੁਸੀਂ ਕਿਹੜੇ ਕਿਹੜੇ ਪ੍ਰੀਵੈਂਟਿਵ ਮੈਜਰਸ ਲੈ ਸਕਦੇ ਜੋ ਕਿ ਤੁਸੀਂ ਇਹ ਕਰੋਨਾ ਵਾਇਰਸ ਤੋਂ ਬਚ ਸਕੋ, ਨਾਲੇ ਆਪਣੇ ਪਰਿਵਾਰ ਨੂੰ ਬਚਾ ਸਕੋ। ਵੇਖੋ, 1918 ਵਿੱਚ ਇੱਕ ਸਪੈਨਿਸ਼ ਫਲੂ ਦੀ ਬਿਮਾਰੀ ਫੈਲੀ ਸੀ ਦੁਨੀਆ ਵਿੱਚ। ਹਰ ਇੱਕ ਤੀਜਾ ਬੰਦਾ ਇਸ ਦੁਨੀਆ ਵਿੱਚ ਉਹ ਚੀਜ਼ ਤੋਂ ਅਫੈਕਟਿਡ ਹੋਇਆ ਸੀ, ਅਤੇ ਇਕੱਲੇ ਅਮੈਰੀਕਾ ਵਿੱਚ ਹੀ 7 ਲੱਖ ਦੇ ਕੋਲ ਲੋਕ ਉਸ ਚੀਜ਼ ਤੋਂ ਮਰੇ ਸੀ। ਸਾਰੀ ਦੁਨੀਆ ਵਿੱਚ ਕਈ ਨੰਬਰਸ ਆਉਂਦੇ ਆ ਕਿ 50 to 70 million ਪੀਪਲ ਵਰ ਵਿਕਟਮਸ ਉਹ ਚੀਜ਼ ਤੋਂ ਜਿਨ੍ਹਾਂ ਦੀ ਡੈਥ ਹੋਈ ਸੀ। ਪਰ ਅੱਜ ਆਪਾਂ ਨੇ ਕੋਈ ਫਲੂ ਦੀ ਵੈਕਸੀਨ ਆ, ਆਪਾਂ ਦਵਾਈ ਵੀ ਦਿੰਦੇ ਹਾਂ ਉਹਦੀ, ਸੋ ਆਪਾਂ ਨੂੰ ਇੰਨਾ ਡਰ ਨਹੀਂ ਆਉਂਦਾ। ਨਮੋਨੀਆ ਜਾਂ HIV ਆ, ਉਹ ਤੋਂ ਵੀ ਡਰ ਨਹੀਂ ਆਉਂਦਾ ਕਿਉਂਕਿ ਉਹਨਾਂ ਦੀ ਟ੍ਰੀਟਮੈਂਟ ਆ। ਪਰ ਹਜੇ ਤੱਕ ਕਰੋਨਾ ਵਾਇਰਸ ਦੀ ਕੋਈ ਟ੍ਰੀਟਮੈਂਟ ਨਹੀਂ, ਕੋਈ ਇਲਾਜ ਨਹੀਂ, ਸੋ ਇਹ ਤੋਂ ਡਰਨਾ ਲਾਜ਼ਮੀ ਆ। ਸੋ ਕਰੋਨਾ ਵਾਇਰਸ ਤੁਹਾਨੂੰ ਸਭ ਨੂੰ ਪਤਾ ਹੁਣ ਮੀਡੀਆ 'ਚ ਤਾਂ ਕਾਫੀ ਕਲੀਅਰ ਆ ਕਿ ਦਸੰਬਰ ਵਿੱਚ ਫਸਟ ਟਾਈਮ ਕਰੋਨਾ ਵਾਇਰਸ ਦਾ ਡਿਜ਼ੀਜ਼, ਜਿਹਨੂੰ ਅਸੀਂ COVID-19 ਕਰੋਨਾ ਵਾਇਰਸ ਡਿਜ਼ੀਜ਼ COVID-19 ਕਿ 2019 ਸ਼ੁਰੂ ਹੋਇਆ, ਉਹ ਚਾਈਨਾ ਤੋਂ ਸ਼ੁਰੂ ਹੋਇਆ। ਉੱਥੇ ਵੂਹਾਨ ਨਾਮ ਦੀ ਜਗ੍ਹਾ ਵਾ ਜਿੱਥੇ ਕੋਈ ਮਾਰਕੀਟ ਸੀ, ਉੱਥੋਂ ਕਿਸੇ ਜਾਨਵਰ ਤੋਂ ਪਤਾ ਨਹੀਂ ਕਿੱਦਾਂ, ਹਜੇ ਤੱਕ ਇਹ ਵੀ ਨਹੀਂ ਪਤਾ ਲੱਗਾ ਕਿੱਦਾਂ ਕਿਸੇ ਕੀ ਉਹਨਾਂ ਨੇ ਖਾਧਾ ਕਿ ਉਹਨਾਂ ਦੇ, ਕਿਉਂਕਿ ਕਾਫੀ ਮੀਡੀਆ 'ਚ ਆ ਕਿ ਚਾਈਨੀਜ਼ ਲੋਕ ਸਾਰਾ ਕੁਝ ਖਾਈ ਜਾਂਦੇ ਆ, ਇਹ ਵੋ, ਪਰ ਇਹ ਨਹੀਂ ਪਤਾ ਕਿ ਉਹ ਖਾਣ ਤੋਂ ਹੋਇਆ ਕਿ ਉੱਦਾਂ ਹੀ ਪਿਕਅਪ ਹੋਇਆ ਕਿਸੇ ਨੂੰ। ਚਾਈਨਾ 'ਚੋਂ ਹੀ ਉਹ ਜਗ੍ਹਾ ਤੋਂ ਹੀ ਆਉਂਦੇ ਆ ਕਿ ਓਵਰ ਯੂ ਨੋ ਪਲੰਟੀ ਆਫ ਪੀਪਲ ਉੱਥੋਂ ਫਿਰ ਉਹ ਡਿਜ਼ੀਜ਼ ਨੂੰ ਅਲੱਗ ਅਲੱਗ ਦੁਨੀਆ ਦੇ ਵਿੱਚ ਲੈ ਕੇ ਗਏ। ਸੋ ਜਿੱਥੇ ਜਿੱਥੇ ਉਹ ਲੋਕ ਗਏ ਨਾਲੋਂ ਨਾਲ ਡਿਜ਼ੀਜ਼ ਗਿਆ। ਸੋ ਇਹ ਜਿਹੜੀ ਬਿਮਾਰੀ ਦੇ ਇਹਨੂੰ ਖੌਫਨਾਕ ਕਿਉਂ ਬਣਿਆ, ਮਤਲਬ ਕਿ ਆਪਾਂ ਸਮਝਦੇ ਹਾਂ, 1 ਇਹਦਾ ਇਲਾਜ ਕੋਈ ਨਹੀਂ, 2 ਈਜ਼ਲੀ ਇਹ ਚੀਜ਼ ਇੱਕ ਇਨਸਾਨ ਤੋਂ ਦੂਜੇ ਇਨਸਾਨ ਤੱਕ ਸਪਰੈਡ ਹੋ ਜਾਂਦੀ ਆ, ਐਂਡ 3 ਕਿ ਇਹ ਡੈਡਲੀ ਆ, ਕਿਉਂਕਿ ਨੰਬਰਸ ਇਹਦੇ ਰੋਜ਼ ਚੇਂਜ ਹੋਈ ਜਾਂਦੇ ਆ। ਓਵਰ 100,000 ਪੀਪਲਸ ਆਰ ਇਫੈਕਟਡ ਵਿਦ ਕਰੋਨਾ ਵਾਇਰਸ। ਦੁਨੀਆ ਵਿੱਚ 1 ਲੱਖ ਤੋਂ ਵੱਧ ਲੋਕਾਂ ਨੂੰ ਕਰੋਨਾ ਵਾਇਰਸ ਦੀ ਬਿਮਾਰੀ ਦੇ ਸ਼ਿਕਾਰ ਹੋ ਗਏ ਨੇ, ਤਾਂ ਕਈ ਵਿੱਚੋਂ ਐਸੇ ਲੋਕ ਆ ਜਿਨ੍ਹਾਂ ਦੇ, ਕਿਉਂਕਿ ਅਜੇ ਤੱਕ ਟੈਸਟਿੰਗ ਨਹੀਂ ਹੈਗੀ ਬਹੁਤ ਥਾਵਾਂ 'ਤੇ। ਅਮੈਰੀਕਾ ਵਿੱਚ ਵੀ ਐਸੀ ਕਈ ਸਟੇਟਾਂ ਵਾ ਜਿੱਥੇ ਅਜੇ ਤੱਕ ਟੈਸਟਿੰਗ ਨਹੀਂ ਪਹੁੰਚੀ CDC ਵੱਲੋਂ। ਬਾਕੀ ਦੁਨੀਆ 'ਚ ਤੁਸੀਂ ਸੋਚ ਲਓ ਕਿੰਨੇ ਲੋਕ ਹੋਰ ਹੋਣਗੇ ਜਿਨ੍ਹਾਂ ਨੂੰ ਇੱਕ ਵਾਇਰਸ ਹੋਊਗੀ ਪਰ ਉਹਨਾਂ ਨੂੰ ਪਤਾ ਨਹੀਂ ਕਿ ਸਾਨੂੰ ਹੈਗੀ ਆ, ਰਾਈਟ? ਸੋ 1 ਲੱਖ ਤੋਂ ਵੱਧ ਲੋਕਾਂ ਨੂੰ ਅਜੇ ਤੱਕ ਡਿਟੈਕਟ ਹੋਈ ਆ, ਅਤੇ 3,500 ਤੋਂ ਵੱਧ ਲੋਕ ਇਸ ਚੀਜ਼ ਤੋਂ ਮਰ ਗਏ ਆ। ਸੋ ਕਾਫੀ ਖਤਰਨਾਕ ਸੋਚਣ ਵਾਲੀ ਇਹ ਚੀਜ਼ ਆ। ਬਾਕੀ ਮੈਂ ਕਲੀਅਰ ਕਰਦਾ ਕਿ ਇਹ ਸਾਡੀ ਸਾਰੀ ਇਨਫੋਰਮੇਸ਼ਨ ਜੋ ਅਸੀਂ ਇਹ ਸ਼ੋਅ ਵਿੱਚ ਦੇਵਾਂਗੇ ਉਹ WHO ਅਤੇ CDC ਤੋਂ ਆਈ ਆ। ਕੋਈ ਵੀ ਇਨਫੋਰਮੇਸ਼ਨ ਕਿਤੋਂ ਵੀ ਹੋਰ ਨਹੀਂ ਅਸੀਂ ਲਈ, ਸਾਰੀ ਇਨਫੋਰਮੇਸ਼ਨ ਜਾਂ ਸਾਡੇ ਜਿਹੜੇ ਫਰੈਂਡਸ ਨੇ CDC ਵਿੱਚ ਜਾਂ WHO ਵਿੱਚ ਜਾਂ ਸਾਡੇ ਜਿਹੜੇ ਫਰੈਂਡਸ ਨੇ ਡਾਕਟਰ ਉਹਨਾਂ ਤੋਂ ਆਈ ਆ ਜਾਂ ਉਹਨਾਂ ਦੀ ਵੈਬਸਾਈਟ ਤੋਂ ਕਲੀਅਰਲੀ। ਸੋ ਤੁਸੀਂ ਇਹ ਸਾਡੀ ਇਨਫੋਰਮੇਸ਼ਨ ਨੂੰ ਕਲੀਅਰਲੀ
ਟਰਸਟ ਕਰ ਸਕਦੇ ਜੋ ਨਾਲੇ। ਬਟ ਇਹ ਯਾਦ ਰੱਖਣਾ ਇਹ ਜਿਹੜੀ ਵਾਇਰਸ ਆ ਦਿਨੋਂ ਦਿਨ ਚੇਂਜ ਹੋ ਰਹੀ ਆ, ਇਹਦੀ ਜਿਹੜੀ ਇਨਫੋਰਮੇਸ਼ਨ ਆ ਉਹ ਵੀ ਦਿਨੋਂ ਦਿਨ ਚੇਂਜ ਹੋ ਰਹੀ ਆ। ਸੋ ਇਹ ਜੋ ਵੀ ਅਸੀਂ ਅੱਜ ਕਹਿ ਰਹੇ ਹੋ March 7, 2020 ਤੱਕ ਵੈਲਿਡ ਆ। ਬਾਕੀ ਅਪ ਟੂ ਡੇਟ ਇਨਫੋਰਮੇਸ਼ਨ ਲਈ ਤੁਸੀਂ CDC ਦੀ ਵੈਬਸਾਈਟ ਵਿਜ਼ਿਟ ਕਰ ਸਕਦੇ ਜੋ ਜਾਂ WHO ਦੀ ਵੈਬਸਾਈਟ ਵਿਜ਼ਿਟ ਕਰ ਸਕਦੇ ਜੋ। ਹੁਣ ਤੱਕ 70 ਕੰਟਰੀਆਂ ਤੋਂ ਵੱਧ ਕੰਟਰੀਜ਼ ਇਸ ਚੀਜ਼ ਦੇ ਇਫੈਕਟ ਹੋ ਗਏ ਨੇ। ਸੋ ਕਰੋਨਾ ਵਾਇਰਸ ਹੈ ਕੀ, ਰਾਈਟ? ਸੋ ਕਰੋਨਾ ਵਾਇਰਸ ਇੱਕ ਫੈਮਲੀ ਆ। ਸੋ ਫੈਮਲੀ ਆਫ ਵਾਇਰਸਿਸ ਜਿਹਦੇ ਵਿੱਚ 6 ਵਾਇਰਸਾਂ ਨੇ। ਹੁਣ ਕੋਈ ਪੁੱਛੂਗਾ ਕਿ ਵਾਇਰਸਾਂ ਦੀ ਫੈਮਲੀ ਕਿੱਦਾਂ ਬਣਦੀ ਹੈ। ਹੁਣ ਜਿੱਦਾਂ ਆਪਾਂ ਨਾ ਕਹਿ ਦਿੰਦੇ ਕਿ ਜੇ ਕੋਈ 4 ਲੱਤਾਂ ਕਿਸੇ ਦੇ ਮੂੰਹ ਇੱਕ ਤਰੀਕੇ ਦਾ ਤਾਂ ਉਹ ਜਾਨਵਰ ਆ। ਇੱਦਾਂ ਹੀ ਅਸੀਂ ਵਾਇਰਸਾਂ ਨੂੰ ਮੈਡੀਸਨ ਵਿੱਚ ਸਪਲਿਟ ਕਰਦੇ ਹਾਂ। ਕੋਈ DNA ਵਾਇਰਸ ਆ, ਕੋਈ RNA ਵਾਇਰਸ ਆ। ਸੋ ਕੋਈ ਵੀ ਜਿਹੜੀਆਂ ਵਾਇਰਸਾਂ ਜਿਨ੍ਹਾਂ ਦੀ ਸਿਮਿਲਰਲੀ ਉਹ ਐਕਟ ਕਰਦੀਆਂ ਉਹਨਾਂ ਨੂੰ ਅਸੀਂ ਇੱਕ ਫੈਮਲੀ ਵਿੱਚ ਪਾ ਦਿੰਦੇ ਹਾਂ। ਪਰ ਹਰ ਇੱਕ ਵਾਇਰਸ ਉਸ ਫੈਮਲੀ ਵਿੱਚ ਸੇਮ ਨਹੀਂ ਹੁੰਦੀ। ਸੋ ਇੱਦਾਂ ਹੀ ਕਰੋਨਾ ਵਾਇਰਸ ਦੀ ਇੱਕ ਫੈਮਲੀ ਆ, ਉਹਦੇ ਵਿੱਚ ਇਹ ਵਾਇਰਸ ਆਉਂਦੀ ਆ। ਸੋ ਮੋਸਟ ਦੀਜ਼ ਵਾਇਰਸਿਸ ਆਰ ਸਰਕੂਲਰ, ਸਰਕਲ ਆ RNA ਵਾਇਰਸਿਸ, ਜਿਹੜੀਆਂ ਇੱਕ ਕਰਾਊਨ ਦੀ ਸ਼ੇਪ ਵਿੱਚ ਹੁੰਦੀਆਂ ਵਾ। ਉਹ ਕਰਾਊਨ ਦੀ ਸ਼ੇਪ ਦਾ ਨਾਮ ਪਿਆ ਕਰੋਨਾ ਵਾਇਰਸ। ਸੋ ਇਹਨੂੰ ਕਿੱਦਾਂ ਇੱਕ ਪਰਸਨ ਤੋਂ ਦੂਜੇ ਪਰਸਨ ਕਿੱਦਾਂ ਇਹ ਆਉਂਦੀ ਆ, ਕਿਉਂਕਿ ਇਹਦੇ ਬਾਰੇ ਵੀ ਬਹੁਤ ਜ਼ਿਆਦਾ ਮਿਸਇਨਫੋਰਮੇਸ਼ਨ ਆ। ਇਹ ਜਿਹੜੀ ਨੰਬਰ 1 ਜਿਹੜੀ ਰੀਜ਼ਨ ਆ ਕਿ ਇੱਕ ਪਰਸਨ ਤੋਂ ਦੂਜੇ ਪਰਸਨ ਕਿੱਦਾਂ ਇਫੈਕਟ ਹੁੰਦਾ ਵਾ, ਉਹ ਆ ਡਰੋਪਲੈਟਸ। ਸਮਝ ਲਓ ਕੋਈ ਖੰਘਿਆ, ਉਹਦਾ ਜਿਹੜਾ ਥੁੱਕ ਆ ਉਹ 3 ਕੁ ਮੀਟਰ ਤੱਕ ਟਰੈਵਲ ਕਰ ਸਕਦਾ, ਕਿਉਂਕਿ ਜਿਹੜਾ ਡਰੋਪਲੈਟਸ ਆ ਉਹ ਕਾਫੀ ਹੈਵੀ ਹੁੰਦੇ ਆ। ਸੋ ਜ਼ਿਆਦਾ ਦੂਰ ਨਹੀਂ ਉਹ ਜਾ ਸਕਦੇ। ਸੋ ਜਦੋਂ ਕੋਈ ਨਿਸ਼ ਮਾਰਦਾ, ਕੋਈ ਛਿੱਕ ਮਾਰਦਾ, ਉਹਦੀ ਜਿਹੜੀ ਥੁੱਕ ਜੇ ਨਿਕਲਦੇ ਆ ਉਹਦੇ ਮੂੰਹ 'ਚੋਂ, ਜੇ ਉਹ ਅਫੈਕਟਿਡ ਆ ਤਾਂ ਉਹ 3 ਕੁ ਮੀਟਰ ਆਪਣਾ 3 ਫੀਟ ਜਿੱਦਾਂ ਕਿ ਉੱਥੋਂ ਤੱਕ ਉਹ ਜਾ ਸਕਦੀ ਆ ਉਹਦਾ ਡਰੋਪਲੈਟ। ਜੇ ਉਹ ਤੁਹਾਡੇ ਮੂੰਹ 'ਚ ਜਾਂਦਾ, ਜਾਂ ਤੁਹਾਡੇ ਨੱਕ 'ਚ ਜਾਂਦਾ, ਜਾਂ ਤੁਹਾਡੀ ਅੱਖਾਂ 'ਚ ਜਾਂਦਾ, ਅਤੇ ਜਾਂ ਫਿਰ ਉਹ ਕਿਤੇ ਐਸੀ ਜਗ੍ਹਾ 'ਤੇ ਲੱਗ ਜਾਂਦਾ ਜਿੱਥੋਂ ਤੁਸੀਂ ਹੱਥ ਲਾ ਕੇ ਆਪਣੇ ਮੂੰਹ, ਨੱਕ ਜਾਂ ਅੱਖ ਨੂੰ ਲਾ ਲੈਂਦੇ ਜੋ, ਉਹਦੇ ਤਰ੍ਹਾਂ ਕਰੋਨਾ ਵਾਇਰਸ ਤੁਹਾਨੂੰ ਇਫੈਕਟ ਕਰਦੀ ਆ। ਇੱਕ ਹੋਰ ਜਿਹੜਾ ਕਲੀਅਰ ਕੁਐਸਚਨ ਆ ਜਿਹੜਾ ਅੱਗੇ ਆਉਂਦਾ, ਉਹ ਲੋਕ ਪੁੱਛਦੇ ਆ ਕਿ ਬੱਚਿਆਂ ਨੂੰ ਇਹ ਇਫੈਕਟ ਨਹੀਂ ਕਰਦੀ, ਕਿ ਇਹ ਬਸ ਐਲਡਰਸ ਜਿਹੜੇ ਆ ਉਹਨਾਂ ਨੂੰ ਹੀ ਇਫੈਕਟ ਕਰਦੀ ਆ, ਕਿ ਜੇ ਕੋਈ ਨੋਰਮਲ ਵਾਕੀ ਟੋਕੀ ਬੰਦਾ ਵਾ, ਇਨਸਾਨ ਆ, ਉਹਨੂੰ ਇਹ ਇਫੈਕਟ ਨਹੀਂ ਕਰ ਸਕਦੀ? ਸੋ ਇਹ ਬਿਲਕੁਲ ਗਲਤ ਆ। ਸੋ ਮੈਂ ਕਲੀਅਰਲੀ ਦੱਸਦਾ, ਯੈਸ, ਇਹ ਵਾਇਰਸ ਕਿਸੇ ਨੂੰ ਵੀ ਇਫੈਕਟ ਕਰ ਸਕਦੀ ਆ, ਜਿਹੜਾ ਇਹਦੇ ਰਾਹ 'ਚ ਆਉਂਦਾ ਉਹਨੂੰ ਇਹ ਹੋ ਸਕਦੀ ਆ। ਬਟ ਜਿਹੜਾ ਇਹਦਾ ਡਿਜ਼ੀਜ਼ ਆ ਉਹ ਮੋਸਟਲੀ ਜਿਹੜੇ ਐਲਡਰਸ ਆ, ਜਿਹੜੇ ਇਮਿਊਨੋ ਕੰਪਰੋਮਾਈਜ਼ ਆ, ਜਿਹਨਾਂ ਦਾ ਇਮਿਊਨ ਸਿਸਟਮ ਲੋਅ ਆ, ਜਿਹਨਾਂ ਨੂੰ ਜਾਂ ਅੱਗੇ ਨਮੋਨੀਆ ਵਾ, ਫਲੂ ਆ, ਜਾਂ ਕੋਈ ਹੋਰ ਕੋਈ ਬਿਮਾਰੀ ਦੇ ਸ਼ਿਕਾਰ ਆ, ਉਹਨਾਂ ਨੂੰ ਜਿਹੜੀ ਸਿਵੀਅਰ ਇਲਨੈਸ ਆ, ਜਿਹੜੀ 5% ਤੋਂ ਲੈ ਕੇ 12% ਲੋਕਾਂ ਨੂੰ ਹੁੰਦੀ ਆ, ਉਹਨਾਂ ਨੂੰ ਹੋ ਸਕਦੀ ਆ। ਜਿਹੜੇ ਪਰ ਕਲੀਅਰਲੀ ਨੋਰਮਲ ਲੋਕ ਵਾਕੀ ਟਾਕੀ ਆ, ਜਿੱਦਾਂ ਨੋਰਮਲੀ ਆਪਣਾ ਜਿੰਮ ਜਾਂਦੇ ਆ, ਉਹਨਾਂ ਨੂੰ ਘੱਟ ਚਾਂਸ ਆ ਕਿ ਉਹ ਸਿਵੀਅਰ ਇਨਫੈਕਸ਼ਨ ਪਿਕਅਪ ਕਰ ਸਕਦੇ ਆ। ਉਹ ਲਾਈਟ ਇਨਫੈਕਸ਼ਨ ਪਿਕਅਪ ਕਰ ਸਕਦੇ, ਜਿਹਨੂੰ ਇਹ ਮਾਈਲਡ ਇਨਫੈਕਸ਼ਨ ਕਹਿੰਦੇ ਆ। ਜਿਹੜੇ ਮੋਸਟਲੀ 85% ਦਾ ਲੋਕ ਜਿਹੜੇ ਜਿਹਨਾਂ ਨੂੰ ਆ ਇਨਫੈਕਸ਼ਨ ਹੋਊਗੀ ਕਰੋਨਾ ਵਾਇਰਸ ਦੀ, ਉਹ ਮਾਈਲਡ ਹੋਊਗੀ। ਪਰ ਕੋਈ ਵੀ ਇਸ ਵਾਇਰਸ ਤੋਂ ਇੱਦਾਂ ਨਹੀਂ ਤੁਸੀਂ ਕਹਿ ਸਕਦੇ ਕਿ ਜੇ ਕੋਈ ਯੰਗ ਆ ਜਾਂ ਨੋਰਮਲ ਹੈਲਥੀ ਆ ਉਹਨੂੰ ਇਹ ਇਨਫੈਕਸ਼ਨ ਨਹੀਂ ਹੋ ਸਕਦੀ। ਸੋ ਹਰ ਇੱਕ ਕੋਈ ਵੀ ਏਜ ਦਾ ਪਰਸਨ ਆ ਉਹਨਾਂ ਨੂੰ ਸੇਮ ਪ੍ਰੀਕੋਸ਼ਨ ਲੈਣੇ ਚਾਹੀਦੇ ਆ। ਬਟ ਕਲੀਅਰਲੀ ਜੇ ਕਿਸੇ ਨੂੰ ਕੋਈ ਅੰਡਰਲਾਈਨਿੰਗ ਡਿਜ਼ੀਜ਼ ਆ, ਡਾਇਬੀਟੀਜ਼ ਆ, ਐਲਡਰਸ ਆ, ਹਾਈਪਰਟੈਂਸ਼ਨ ਆ, ਕੋਈ ਹਾਰਟ ਡਿਜ਼ੀਜ਼ ਆ, ਉਹਨਾਂ ਨੂੰ ਜ਼ਿਆਦਾ ਪ੍ਰੀਕੋਸ਼ਨ ਲੈਣੇ ਚਾਹੀਦੇ ਆ। ਸੋ ਕਿਹੜੀਆਂ ਉਹ ਚੀਜ਼ਾਂ ਜਿਹੜੀਆਂ ਦਾ ਆਪਾਂ ਨੂੰ ਧਿਆਨ ਰੱਖਣਾ ਪਊਗਾ, ਕਿੱਦਾਂ ਆਪਾਂ ਨੂੰ ਪਤਾ ਲੱਗੂਗਾ ਕਿ ਹਾਂ ਸਾਨੂੰ ਇਹ ਇਨਫੈਕਸ਼ਨ ਹੋ ਸਕਦੀ ਆ? ਸੋ ਕਲੀਅਰ, ਦੇ 3 ਥਿੰਗਸ ਯੂ ਹੈਵ ਟੂ ਵਾਚ ਆਊਟ ਫੋਰ, 3 ਚੀਜ਼ਾਂ। ਨੰਬਰ 1 ਬੁਖਾਰ, ਨੰਬਰ 2 ਖਾਂਸੀ, ਨੰਬਰ 3 ਸ਼ੋਰਟਨੈਸ ਆਫ ਬ੍ਰੈਥ, ਕਿ ਸਾਹ ਨਹੀਂ ਆਉਣ ਦਿਆ। ਇਹ 3 ਕਲੀਅਰ ਸਿਮਟਮਸ ਆ। ਪਰ ਤੁਹਾਨੂੰ ਵੀ ਪਤਾ ਹੈ ਕਿ ਇਹ ਸਿਮਟਮ ਤਾਂ ਬਹੁਤ ਜ਼ਿਆਦਾ ਹੋਰ ਬਿਮਾਰੀਆਂ ਦੇ ਵੀ ਆ, ਜਿੱਦਾਂ ਨਮੋਨੀਆ, ਕੋਈ ਵੀ ਹੋਰ ਵਾਇਰਲ, ਆਪਣਾ ਫਲੂ ਹੀ ਹੋਇਆ, ਉਹ ਤੋਂ ਵੀ ਇਹ ਸਿਮਟਮਸ ਹੁੰਦੇ ਆ। ਪਰ ਜੇ ਤੁਹਾਨੂੰ ਇਹ ਸਿਮਟਮਸ ਹੈਗੇ ਆ ਅਤੇ ਤੁਸੀਂ ਕਿਸੇ ਵੀ ਐਸੇ ਪਰਸਨ ਦੇ ਆਲੇ ਦੁਆਲੇ ਰਹਿ ਜਾਓ ਜਿਹੜਾ ਚਾਈਨਾ ਤੋਂ ਆਇਆ ਜਾਂ ਟਰੈਵਲ ਕਰਕੇ ਆਇਆ ਜਾਂ ਜਿਹਨੂੰ ਤੁਹਾਨੂੰ ਲੱਗਦਾ ਕਿ ਇਹ ਇਨਫੈਕਸ਼ਨ ਹੋ ਸਕਦੀ ਆ, ਦੈਨ ਤੁਹਾਨੂੰ ਇਹ ਸੀਰੀਅਸਲੀ ਲੈਣਾ ਚਾਹੀਦਾ। ਤੁਹਾਨੂੰ ਆਪਣੇ ਨੀਅਰੈਸਟ ਹੋਸਪਿਟਲ ਜਾਣਾ ਚਾਹੀਦਾ, ਹੋਸਪਿਟਲ ਜਾ ਕੇ ਰਿਪੋਰਟ ਕਰੋ। ਉਹਨਾਂ ਕੋਲ ਐਸੀ ਟੈਸਟਿੰਗ, ਜੇ ਤੁਸੀਂ ਅਮੈਰੀਕਾ 'ਚ ਜੋ ਕਾਫੀ ਹੁਣ ਜਗ੍ਹਾ 'ਤੇ ਟੈਸਟਿੰਗ CDC ਦੇ ਥਰੂ ਹੋ ਰਹੀ ਆ, ਬਟ ਜੇ ਤੁਸੀਂ ਨਹੀਂ ਜਾਂਦੇ ਤਾਂ ਤੁਸੀਂ ਆਪਣੇ ਪਰਿਵਾਰ ਨੂੰ ਵੀ ਇਨਫੈਕਟ ਕਰ ਸਕਦੇ ਜੋ ਅਤੇ ਹੋਰ ਆਲੇ ਦੁਆਲੇ ਲੋਕਾਂ ਨੂੰ ਇਨਫੈਕਟ ਕਰ ਸਕਦੇ ਜੋ। ਸੋ ਅਗੇਨ, 3 ਚੀਜ਼ਾਂ ਦਾ ਧਿਆਨ ਰੱਖਣਾ। ਜੇ ਤੁਹਾਨੂੰ ਕੌਫ,
ਖੰਘ ਕਾਂਸੀ, ਨੰਬਰ 2 ਫੀਵਰ ਬੁਖਾਰ, ਜਾਂ ਨੰਬਰ 3 ਤੁਹਾਨੂੰ ਸਾਹ ਲੈਣ 'ਚ ਪ੍ਰੋਬਲਮ ਆਉਂਦੀ ਆ, ਦੈਨ ਪਲੀਜ਼ ਕਲੋਸਿਸਟ ਹੋਸਪਿਟਲ ਜਾਓ। ਉੱਥੇ ਇਹ ਨਹੀਂ ਕਿ ਤੁਹਾਨੂੰ ਭਜਾ ਦੇਣਗੇ, ਉੱਥੇ ਇਹ ਆ ਕਿ ਪ੍ਰੋਪਰ ਤੁਹਾਡੀ ਟੈਸਟਿੰਗ ਹੋਊਗੀ, ਅਤੇ ਜੇ ਔਨ ਟਾਈਮ ਤੁਹਾਡਾ ਕੈਚ ਹੋ ਜੇ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ 'ਚ ਕੋਈ ਖਤਰਾ। ਮੋਸਟ ਲਾਈਕਲੀ 100% ਤਾਂ ਕੋਈ ਵੀ ਚੀਜ਼ ਨਹੀਂ ਹੁੰਦੀ, ਪਰ 99.9% ਤੁਸੀਂ ਸਰਵਾਈਵ ਕਰ ਜਾਓਗੇ, ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਊਗੀ। ਸੋ ਪਰ ਇਹ ਜ਼ਰੂਰੀ ਆ ਕਿ ਜੇ ਤੁਹਾਨੂੰ ਕੋਈ ਵੀ ਸਿਮਟਮ ਆ, ਤੁਸੀਂ ਪ੍ਰੋਪਰ ਟੈਸਟਿੰਗ ਕਰਾਓ ਅਤੇ ਪ੍ਰੋਪਰ ਆਪਣਾ ਕੇਅਰ ਕਰਾਓ ਹੋਸਪਿਟਲ ਵਿੱਚ। ਕਾਫੀ ਸਮਾਂ ਹੋ ਗਿਆ, ਹੁਣ ਆਪਾਂ ਥੋੜ੍ਹੀ ਜਿਹੀ ਬ੍ਰੇਕ ਲਈਏ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਹਾਂਜੀ, ਵੈਲਕਮ ਬੈਕ। ਆਪਾਂ ਗੱਲ ਕਰ ਰਹੇ ਸੀ ਕਰੋਨਾ ਵਾਇਰਸ ਦੀ। ਜਿੱਦਾਂ ਕਿ ਮੈਂ ਕਿਹਾ, ਤਿੰਨ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਣਾ, ਨੰਬਰ 1 ਖਾਂਸੀ, ਨੰਬਰ 2 ਬੁਖਾਰ, ਨੰਬਰ 3 ਸਾਹ ਲੈਣ 'ਚ ਪ੍ਰੋਬਲਮ। ਇੱਕ ਕੁਸ਼ਚਨ ਆਉਂਦਾ ਕਿ ਮੈਂ ਕਿੰਨੀ ਦੇਰ ਤੱਕ ਮੈਨੂੰ ਧਿਆਨ ਰੱਖਣਾ ਪਊਗਾ। ਜੇ ਸਮਝੋ ਤੁਹਾਨੂੰ ਲੱਗਦਾ ਕਿ ਤੁਸੀਂ ਕਿਸੇ ਐਸੇ ਬਿਮਾਰ ਇਨਸਾਨ ਦੇ ਆਲੇ ਦੁਆਲੇ ਰਹੇ ਜੋ, ਜਾਂ ਤੁਸੀਂ ਹੁਣੇ ਫਲਾਈ ਕਰਕੇ ਆਏ ਜੋ ਦੂਸਰੇ ਕੰਟਰੀ ਤੋਂ, ਤੁਹਾਨੂੰ ਕਿੰਨੀ ਦੇਰ ਲਈ ਅਵੇਅਰ ਹੋਣਾ ਚਾਹੀਦਾ? ਹਜੇ ਤੱਕ ਸਾਨੂੰ ਜੋ ਸਰਕਾਰ ਵੱਲੋਂ ਜਾਂ CDC WHO ਵੱਲੋਂ ਰਿਪੋਰਟ ਆ ਕਿ 14 ਦਿਨ, 14 ਦਿਨ ਤੱਕ ਹੋ ਸਕਦਾ ਕਿ ਬੰਦਾ ਸਿਮਟਮਸ ਨਾ ਸ਼ੋਅ ਕਰੇ ਪਰ ਉਹਨੂੰ ਇਨਫੈਕਸ਼ਨ ਹੋਵੇ। ਸੋ 2 ਤੋਂ 14 ਦਿਨ ਲੱਗ ਜਾਂਦੇ ਆ ਇਨਫੈਕਸ਼ਨ ਨੂੰ ਪੂਰੇ ਤੁਹਾਡੇ ਸਰੀਰ ਵਿੱਚ ਆਉਣ ਨੂੰ ਅਤੇ ਸ਼ੋਅ ਕਰਨ ਨੂੰ। ਮੇਰਾ ਮਤਲਬ ਕਿ ਜੇ ਸਮਝੋ ਤੁਸੀਂ ਏਅਰਪੋਰਟ ਤੋਂ ਆਏ ਅੱਜ ਅਤੇ ਸ਼ਾਮ ਤੱਕ ਤੁਸੀਂ ਠੀਕ ਜੋ, ਤੁਹਾਨੂੰ ਲੱਗਦਾ ਕਿ ਨਹੀਂ ਨਹੀਂ ਹੁਣ ਤਾਂ ਮੈਂ ਬਚ ਗਿਆ, ਕਰੋਨਾ ਵਾਇਰਸ ਨਹੀਂ ਹੋਈ, ਨਹੀਂ ਇਹ ਗੱਲ ਨਹੀਂ। 14 ਦਿਨ ਤੱਕ ਤੁਹਾਨੂੰ ਆਪਣਾ ਧਿਆਨ ਰੱਖਣਾ ਪਊਗਾ। ਜੇ ਤੁਸੀਂ ਹੁਣੇ ਕਿਤੇ ਟਰੈਵਲ ਕਰਕੇ ਆਏ ਜੋ, ਭਾਵੇਂ ਤੁਸੀਂ ਚਾਈਨਾ ਤੋਂ ਆਏ ਜੋ, ਇਟਲੀ ਤੋਂ ਆਏ ਜੋ, ਇਰਾਨ ਤੋਂ ਆਏ ਜੋ, ਸਾਊਥ ਕੋਰੀਆ ਤੋਂ ਆਏ ਜੋ, 6 ਐਸੇ ਕੰਟਰੀ ਹੈ ਜਿੱਥੋਂ ਬਹੁਤ ਜ਼ਿਆਦਾ ਅਵੇਅਰਨੈਸ, ਮਤਲਬ ਕਿ ਤੁਹਾਨੂੰ ਬਹੁਤ ਜ਼ਿਆਦਾ ਸਟ੍ਰਿਕਟਨੈਸ ਸ਼ੋਅ ਕਰ ਰਿਹਾ, ਬਾਕੀ ਕੰਟਰੀਜ਼ ਵਿੱਚ ਵੀ ਤੁਹਾਨੂੰ ਅਵੇਅਰ ਹੋਣਾ ਚਾਹੀਦਾ। 2 ਤੋਂ 14 ਦਿਨ ਤੱਕ ਤੁਹਾਨੂੰ ਸਿਮਟਮ ਹੋ ਸਕਦੇ ਆ। 2 ਅਤੇ 14 ਦਿਨਾਂ ਦੇ ਵਿੱਚ ਜੇ ਤੁਹਾਨੂੰ ਆਹ ਚੀਜ਼ਾਂ ਹੁੰਦੀਆਂ, ਦੈਨ ਤੁਹਾਨੂੰ ਆਪਣੇ ਹੋਸਪਿਟਲ, ਕਲੋਸਿਸਟ ਹੋਸਪਿਟਲ ਜਾ ਕੇ ਇੱਕ ਵਾਰੀ ਦੱਸਣਾ ਚਾਹੀਦਾ। ਨਾਓ ਇਹਦੇ ਵਿੱਚ ਵੀ ਇੱਕ ਪ੍ਰੋਬਲਮ ਆ, 2 ਚੀਜ਼ਾਂ ਹੋ ਰਹੀਆਂ। ਇੱਕ ਹੁਣ ਅਸੀਂ ਇੰਡੀਆ ਵਿੱਚ ਹਾਂ ਇਸ ਵੇਲੇ, ਅਤੇ ਮੈਂ ਅਲਰਟ ਜਿਮ ਜਲੰਧਰ ਦੇ ਬਾਹਰ ਖੜ੍ਹਾ ਸੀ, ਅਤੇ ਮੈਨੂੰ ਸਵੇਰੇ ਸਵੇਰੇ ਨਿਊਜ਼ ਦਾ ਪਤਾ ਲੱਗਾ ਕਿ ਕੋਈ ਬੰਦਾ ਜਿਹਨੂੰ ਲੱਗਦਾ ਕਿ ਕਰੋਨਾ ਵਾਇਰਸ ਆ ਅਤੇ ਉਹ ਹੋਸਪਿਟਲ ਤੋਂ ਹੀ ਭੱਜ ਗਿਆ। ਬੜੀ ਹੈਰਾਨੀ ਦੀ ਗੱਲ ਸੀ, ਮੈਂ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਲੱਗਾ ਕਿ ਕਿਉਂ ਕੋਈ ਭੱਜੂਗਾ, ਅਤੇ ਦੁਪਹਿਰ ਤੱਕ ਉਹਦਾ ਆਂਸਰ ਮੈਨੂੰ ਆਪੇ ਪਤਾ ਲੱਗ ਗਿਆ। ਕਿਸੇ ਨੇ ਮੈਨੂੰ ਦੱਸਿਆ ਕਿ ਇੱਥੇ ਇੰਡੀਆ ਵਿੱਚ ਕੀ ਹੁੰਦਿਆ ਕਿ ਜਿਹੜਾ ਜਿਹਨੂੰ ਪਤਾ ਲੱਗ ਜਾਂਦਾ ਕਿ ਇਹਨੂੰ ਕਰੋਨਾ ਵਾਇਰਸ ਆ ਉਹਦੇ ਕੋਲ ਕੋਈ ਜਾਣ ਨਹੀਂ ਦਿਆ, ਸੋ ਉਹਨੂੰ ਸੈਪਰੇਟ ਤਾਂ ਕਰ ਦਿੰਦੇ ਆ ਪਰ ਉਹਦਾ ਇਲਾਜ ਕੋਈ ਨਹੀਂ, ਉਹਨੂੰ ਉੱਥੇ ਪਾਈ ਰੱਖਦੇ ਅਤੇ ਡਾਕਟਰ ਵੀ ਉਹ ਤੋਂ ਡਰੀ ਜਾਂਦੇ ਆ। ਉਹਨੇ ਫਿਰ ਭੱਜਣਾ ਹੀ ਆ ਕਿ ਯਾਰ ਇਹ ਕੀ ਪਤਾ ਮੈਨੂੰ ਮਾਰ ਦੇਣਾ ਇਹਨਾਂ ਨੇ, ਕੀ ਕਰ ਦੇਣਾ। ਵੈਸੇ ਅਮੈਰੀਕਾ ਵਿੱਚ ਜਾਂ ਕੈਨੇਡਾ ਵਿੱਚ ਤਾਂ ਚਲੋ ਇਹ ਗੱਲਾਂ ਨਹੀਂ ਹੁੰਦੀਆਂ, ਆਪਾਂ ਨੂੰ ਇੰਨਾ ਤਾਂ ਆਪਣੀ ਸਰਕਾਰ 'ਤੇ ਟਰੱਸਟ ਆ ਕਿ ਆਪਾਂ ਨੂੰ ਮਾਰਨਗੇ ਨਹੀਂ। ਚਾਈਨਾ ਵਿੱਚੋਂ ਵੀ ਇਹੋ ਰਿਪੋਰਟਾਂ ਆਈਆਂ ਹੈ ਕਿ ਸ਼ਾਇਦ ਸਰਕਾਰ ਨੇ ਮਾਰਤਾ। ਵੇਖੋ ਇਹ ਕੋਈ ਐਸੀ ਚੀਜ਼ ਨਹੀਂ ਆ ਇਹ ਕਿ ਜਿਹਨੂੰ ਆਪਾਂ ਨੂੰ ਪੇਸ਼ੈਂਟਸ ਹੀ ਮਾਰਨੇ ਪੈ ਜਾਣ ਕਿ ਜਿਹਨਾਂ ਨੂੰ ਇਹ ਵਾਇਰਸ ਹੋਵੇ। ਅਸੀਂ ਡਾਕਟਰਸ ਹਾਂ, ਬੜਾ ਈਜ਼ੀ ਵੇ ਆ। CDC WHO ਜੇ ਤੁਸੀਂ ਡਾਕਟਰ ਜੋ ਇਹ ਸੁਣਦੇ ਜੋ, ਤੁਹਾਨੂੰ ਜੇ ਡਰ ਹੁੰਦਾ ਕਿ ਮੈਂ ਕਿੱਦਾਂ ਟ੍ਰੀਟ ਕਰਨਾ ਪੇਸ਼ੈਂਟ ਜਿਹਨੂੰ ਕਰੋਨਾ ਵਾਇਰਸ ਹੋ ਜੇ, ਗੋ ਟੂ CDC.com ਜਾਂ WHO ਦੀ ਵੈਬਸਾਈਟ ਵਿਜ਼ਿਟ ਕਰੋ। ਉਹ 'ਚ ਸਾਰੀਆਂ ਪੁਆਇੰਟ ਬਾਏ ਪੁਆਇੰਟ ਆ ਡਾਕਟਰਸ ਨੂੰ ਹਦਾਇਤਾਂ ਕਿ ਕਿੱਦਾਂ ਤੁਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ। ਬਾਕੀ ਆਪਾਂ ਜਹਾਜ਼ ਵਿੱਚ ਟਰੈਵਲ ਕਰਦੇ ਹਾਂ, ਕਿਉਂਕਿ ਹਰ ਇੱਕ ਵਾਰੀ ਮੈਂ ਜਹਾਜ਼ ਦੀ ਗੱਲ ਕਰ ਰਿਹਾ ਕਿਉਂਕਿ ਇਸ ਵੇਲੇ ਉਹ ਹੀ ਜ਼ਿਆਦਾ ਚੀਜ਼ ਆ ਕਿ ਏਅਰਪੋਰਟਸ 'ਤੇ, ਹੋਸਪਿਟਲ ਜਾਂ ਮੋਲਸ ਵਿੱਚ, ਕਿ ਤੁਹਾਨੂੰ ਕੋਈ ਐਸਾ ਬੰਦਾ ਟੱਕਰਦਾ ਜਿਹੜਾ ਨੋਰਮਲ ਲੱਗ ਰਿਹਾ ਅਤੇ ਉਹ ਤੁਹਾਡੇ 'ਤੇ ਯੂਨੋ ਛਿੱਕ ਮਾਰ ਦਿੰਦਾ ਜਾਂ ਸਨੀਜ਼ ਕਰ ਦਿੰਦਾ, ਦੈਨ ਸ਼ੁੱਡ ਯੂ ਬੀ ਵਰਿਡ, ਕਿਉਂਕਿ ਤੁਹਾਨੂੰ ਨੋਰਮਲ ਬੰਦਾ ਉਹ ਵਾਕੀ ਟੋਕੀ ਆ। ਸੋ ਅੱਜ ਸੇ ਕਿ ਜਿਹੜੇ ਲੋਕ ਬਿਮਾਰ ਨੇ ਉਹਨਾਂ ਦਾ ਤੁਹਾਨੂੰ ਡਿਜ਼ੀਜ਼ ਦੇਣਾ ਹਾਈ ਰਿਸਕ ਆ ਕਿ ਉਹ ਦੇ ਸਕਦੇ ਆ, ਪਰ ਜਿਹੜੇ ਪੇਸ਼ੈਂਟ ਜਿੱਦਾਂ ਮੈਂ ਗੱਲ ਕੀਤੀ 2 ਤੋਂ 14 ਦਿਨ ਸ਼ਾਇਦ ਸਿਮਟਮਸ ਨਾ ਸ਼ੋਅ ਕਰਨ, ਸੋ ਹੋ ਸਕਦਾ ਉਹ ਬੰਦੇ ਦੇ ਅੰਦਰ ਵੀ ਇਨਫੈਕਸ਼ਨ ਹੋਵੇ। ਸੋ ਜਸਟ ਬਿਕੋਜ਼ ਉਹ ਬਿਮਾਰ ਨਹੀਂ ਲੱਗਦਾ ਇਹਦਾ ਮਤਲਬ ਇਹ ਨਹੀਂ ਕਿ ਉਹਨੂੰ ਵਾਇਰਸ ਉਹਦੇ ਅੰਦਰ ਨਹੀਂ ਹੈ। ਸੋ ਕੋਈ ਵੀ ਬੰਦਾ ਭਾਵੇਂ ਉਹ ਨੋਰਮਲ ਲੱਗਣ ਦਿਆ, ਪਲੀਜ਼ ਟੇਕ ਐਕਸਟਰਾ ਪ੍ਰੀਕੋਸ਼ਨ। ਕਿਸੇ ਨਾਲ ਵੀ ਹੱਥ ਨਾ ਮਿਲਾਓ, ਜੇ ਤੁਸੀਂ ਕਿਸੇ ਨਾਲ ਹੱਥ ਮਿਲਾਉਂਦੇ ਜੋ ਤਾਂ ਹੱਥ ਆਪਣੇ ਧੋ ਜ਼ਰੂਰ, ਅਤੇ ਧੋਣੇ ਵੀ ਇਹ ਨਹੀਂ ਕਿ ਜਵਾਸ ਐਂ ਕਰਕੇ ਧੋਤੇ, ਪੂਰਾ ਫੁੱਲ ਜਿੱਦਾਂ ਅਸੀਂ ਆਪਣੀ ਸਰਜਰੀ ਜਾਂ ਆਪਣਾ ਕੈਥ ਲੈਬ ਜਾਣ ਤੋਂ ਪਹਿਲਾਂ ਕਰਦੇ ਹਾਂ, 20 ਸੈਕਿੰਡਸ ਤੁਸੀਂ ਰੱਬ ਕਰਨਾ ਪੂਰਾ ਹੱਥਾਂ ਨੂੰ ਇੱਦਾਂ ਪੂਰੇ ਰਾਈਟ, ਆਪਣੇ ਨੇਲਸ ਨੂੰ ਪੂਰਾ ਰੱਬ ਕਰਨਾ 20 ਸੈਕਿੰਡਸ ਦੇ ਲਈ। ਜੇ ਤੁਸੀਂ ਐਲਕੋਹੋਲ ਦੀਆਂ ਉਹ ਆਪਣੇ ਸੈਨੇਟਾਈਜ਼ਰ ਯੂਜ਼ ਕਰਦੇ ਜੋ, ਉਹ ਵੀ ਪੂਰੇ ਐਗਜੈਕਟਲੀ 60% ਉਹਨਾਂ 'ਚ ਐਲਕੋਹੋਲ ਹੋਣੀ ਚਾਹੀਦੀ ਆ, ਜੇ ਘੱਟ ਆ ਦੈਨ ਉਹਨਾਂ ਨੇ ਤੁਹਾਡੇ 'ਤੇ ਵਰਕ ਨਹੀਂ ਕਰਨਾ। ਉਹ ਵੀ 20 ਸੈਕਿੰਡਸ ਰੱਬ ਕਰੋ,
ਅਸੀਂ ਪ੍ਰੈਫਰ ਕਰਦੇ ਹਾਂ ਕਿ ਤੁਸੀਂ ਸਾਬਣ ਨੂੰ ਯੂਜ਼ ਕਰੋ, ਪਰ ਜੇ ਸਾਬਣ ਨਹੀਂ ਹੈਗਾ ਚਲੋ ਤੁਸੀਂ ਸੈਨੇਟਾਈਜ਼ਰ ਯੂਜ਼ ਕਰਨਾ, ਅਤੇ ਸੈਨੇਟਾਈਜ਼ਰ ਵੀ 20 seconds ਐਟਲੀਸਟ ਆਪਣੇ ਹੱਥ 'ਤੇ ਰੱਬ ਕਰੋ। ਬਾਕੀ ਕਾਫੀ ਲੋਕ ਇਹ ਕੁਐਸਚਨ ਕਰ ਰਹੇ ਆ ਕਿ ਉਹਨਾਂ ਨੇ ਯੂਨੋ ਟਰੈਵਲ ਕਰਨਾ ਚਾਹੁੰਦੇ, ਉਹ ਟਰੈਵਲ ਕਰਨ ਕਿ ਨਾ ਕਰਨ, ਜਾਂ ਜੇ ਉਹ ਇੰਡੀਆ ਵਿੱਚ ਆ ਜਾਂ ਅਮੈਰੀਕਾ ਵਿੱਚ ਆ, ਉਹਨਾਂ ਨੂੰ ਮਾਸਕ ਪਾਉਣਾ ਚਾਹੁੰਦਾ ਚਾਹੀਦਾ ਕਿ ਨਹੀਂ ਚਾਹੀਦਾ। ਸੋ ਫਸਟ ਆਫ ਆਲ, ਜਿਹੜੇ ਇਸ ਵੇਲੇ ਇੰਡੀਆ ਜਾਂ ਆਮ ਕੰਟਰੀਜ਼ ਆ, ਉਹ ਲੋਅ ਅਲਰਟ 'ਤੇ ਆ। ਇਹ ਨਹੀਂ ਕਿ ਉੱਥੇ ਵਾਇਰਸ ਫੈਲ ਨਹੀਂ ਸਕਦੀ, ਪਰ ਇਸ ਵੇਲੇ ਉੱਥੇ ਇੰਨਾ ਵਾਇਰਸ ਦਾ ਫੈਲਣ ਦਾ ਰਿਸਕ ਨਹੀਂ ਆ ਜਿੱਦਾਂ ਅਮੈਰੀਕਾ ਹੋਇਆ, ਪਰ ਉੱਥੇ ਵੀ ਫਿਰ ਵੀ ਕੇਸਿਸ ਹੈਗੇ ਆ। ਪਰ ਇਹ ਕਿ ਸਾਨੂੰ ਲੱਗਦਾ ਕਿ ਅਸੀਂ ਕੰਟਰੋਲ ਕੀਤਾ, ਕਿਉਂਕਿ ਏਅਰਪੋਰਟਾਂ 'ਤੇ ਬਹੁਤ ਜ਼ਿਆਦਾ ਚੈਕਿੰਗ ਆ, ਸੋ ਮੋਸਟਲੀ ਇਨ ਕੰਟਰੋਲ ਆ। ਪਰ ਫਿਰ ਵੀ ਅਗੇਨ ਅਵੇਅਰਨੈਸ ਬਹੁਤ ਜ਼ਰੂਰੀ ਆ। ਜਿੱਦਾਂ ਕਿ ਤੁਸੀਂ ਸਕਰੀਨ 'ਤੇ ਵੇਖ ਸਕਦੇ ਜੋ ਕਾਫੀ ਸਟੇਟਾਂ ਇਸ ਵੇਲੇ ਅਮੈਰੀਕਾ ਦੀਆਂ ਜਿਹੜੀਆਂ ਅਫੈਕਟਿਡ ਨੇ। ਅਗੇਨ ਦੀਜ਼ ਨੰਬਰਸ ਆਰ ਐਵਰ ਚੇਂਜਿੰਗ, ਰੋਜ਼ ਹੀ ਇਹ ਚੇਂਜ ਹੋ ਰਹੇ ਨੇ। ਮੈਂ ਸਵੇਰ ਰਾਤ ਨੂੰ ਨੰਬਰਸ ਲੈ ਕੇ ਬੈਠਾ ਸੀ ਅਤੇ ਉਹ ਸਵੇਰ ਤੱਕ ਡਬਲ ਹੋ ਗਏ। ਸੋ ਬਟ ਦੀਜ਼ ਆਰ ਕਿ ਹਰ ਇੱਕ ਸਟੇਟ ਵੱਲ ਯੂਨੋ ਕਰੋਨਾ ਵਾਇਰਸ ਦੇ ਸਪਰੈਡ ਹੋਣ ਦੇ ਚਾਂਸਿਸ ਨੇ। ਜਿੱਦਾਂ ਕਿ ਤੁਸੀਂ ਅਗੇਨ ਸਕਰੀਨ 'ਤੇ ਵੇਖ ਸਕਦੇ ਜੋ ਕਿ ਆਲਮੋਸਟ ਹਰ ਇੱਕ ਸਟੇਟ ਵਿੱਚ ਅਮੈਰੀਕਾ ਵਿੱਚ ਹੁਣ ਟੈਸਟਿੰਗ ਪਹੁੰਚ ਚੁੱਕੀ ਆ ਕਰੋਨਾ ਵਾਇਰਸ ਦੀ। ਬਟ ਅਮੈਰੀਕਾ ਕੈਨੇਡਾ ਵਰਗੇ ਦੇਸ਼ਾਂ 'ਚ ਅਜੇ ਤੱਕ ਹੈਗੀ ਆ, ਪਰ ਬਹੁਤ ਹੀ ਦੇਸ਼ ਦੁਨੀਆ ਦੇ ਐਸੇ ਜਿੱਥੇ ਅਜੇ ਤੱਕ ਪ੍ਰੋਪਰ ਟੈਸਟਿੰਗ ਨਹੀਂ ਹੈਗੀ। ਸੋ ਟੈਸਟਿੰਗ ਭਾਵੇਂ ਨਾ ਹੋਵੇ, ਪਰ ਐਟਲੀਸਟ ਸਾਨੂੰ ਸਿਮਟਮਸ ਪਤਾ, ਤੁਸੀਂ ਡਾਕਟਰ ਕੋਲ ਜ਼ਰੂਰ ਜਾਓ, ਐਟਲੀਸਟ ਤੁਹਾਨੂੰ ਉਹ 14 ਦਿਨ ਹੋਲਡ ਜ਼ਰੂਰ ਕਰਨ, ਤੁਹਾਡੀ ਪ੍ਰੋਪਰ ਟੈਸਟਿੰਗ ਹੋਵੇ, ਜੇ ਟ੍ਰੀਟਮੈਂਟ ਦੀ ਲੋੜ ਹੈ ਪ੍ਰੋਪਰ ਟ੍ਰੀਟਮੈਂਟ ਹੋਵੇ। ਹੁਣ ਗੱਲ ਕਰੀਏ ਪ੍ਰੀਵੈਂਸ਼ਨ ਦੀ, ਕਿਉਂਕਿ ਮੈਂ ਜਿੱਦਾਂ ਸ਼ੋਅ ਦੇ ਸ਼ੁਰੂਆਤ ਵਿੱਚ ਗੱਲ ਕੀਤੀ ਸੀ ਕਿ ਇਹ ਜਿਹੜੀ ਵਾਇਰਸ ਆ, ਜੇ ਆਪਾਂ ਇਹਨੂੰ ਕੰਟੇਨ ਕਰ ਸਕਦੇ ਹਾਂ ਅਤੇ ਜੋ ਵੀ ਜਿਹੜਾ 1918 ਦੀ ਆਪਾਂ ਗੱਲ ਕੀਤੀ ਸੀ ਫਲੂ ਪੈਂਡੈਮਿਕ ਦੀ, ਉਹ ਨਹੀਂ ਹੋਊਗਾ। ਉਹਦਾ ਇਹੋ ਹੀ ਆ, ਨੰਬਰ 1 ਕਿ ਜੇ ਆਪਾਂ ਗੱਲ ਕੀਤੀ ਆ ਅੱਖਾਂ ਦੀ, ਨੱਕ ਦੀ, ਮੂੰਹ ਦੀ, ਇਹ 3 ਚੀਜ਼ਾਂ ਨੂੰ ਤੁਸੀਂ ਪ੍ਰੋਟੈਕਟ ਕਰਨਾ। ਜੇ ਤੁਸੀਂ ਮਾਸਕ ਪਾਉਣਾ ਚਾਹੁੰਦੇ ਜੋ, ਤੁਸੀਂ ਪਾ ਸਕਦੇ ਜੋ। ਸੋ ਨੋਰਮਲ ਪਰਸਨ ਨੂੰ ਇੰਡੀਆ ਹੋਵੇ, ਕੈਨੇਡਾ ਹੋਵੇ, ਅਮੈਰੀਕਾ ਹੋਵੇ, ਉਹ 'ਚ ਪਾਉਣ ਦੀ ਲੋੜ ਨਹੀਂ। ਠੀਕ ਆ, ਤੁਹਾਨੂੰ ਆਪਣਾ ਆਪ ਨੂੰ ਕਵਰ ਕਰਨ ਦੀ ਲੋੜ ਨਹੀਂ ਮਾਸਕ ਦੇ ਨਾਲ। ਜੇ ਤੁਸੀਂ ਐਸੇ ਦੇਸ਼ ਵਿੱਚ ਜੋ ਜਿੱਥੇ ਇਸ ਵੇਲੇ ਕਰੋਨਾ ਵਾਇਰਸ ਕਾਫੀ ਜ਼ਿਆਦਾ ਆ, ਮੇ ਬੀ ਚਾਈਨਾ, ਉੱਥੇ ਤੁਸੀਂ ਮਾਸਕ ਜ਼ਰੂਰ ਪਾ ਸਕਦੇ ਹੋ। ਜਾਂ ਤੁਸੀਂ ਇੱਕ ਹੋਸਪਿਟਲ ਵਰਕਰ ਜੋ ਜਿਨ੍ਹਾਂ ਦੇ ਹਾਈ ਰਿਸਕ ਪੇਸ਼ੈਂਟਸ ਦੇ ਨਾਲ ਆਪਣਾ ਦਿਨ ਕੱਢਣਾ, ਉਹ ਮਾਸਕ ਪਾ ਸਕਦੇ ਆ। ਤੀਜੇ ਲੋਕ ਉਹ ਮਾਸਕ ਪਾਉਣ ਜਿਨ੍ਹਾਂ ਨੂੰ ਲੱਗਦਾ ਕਿ ਉਹਨਾਂ ਨੂੰ ਕਰੋਨਾ ਵਾਇਰਸ ਹੈਗੀ ਆ, ਉਹ ਰੀਸੈਂਟਲੀ ਟਰੈਵਲ ਕੀਤਾ, ਜਾਂ ਉਹਨਾਂ ਨੂੰ ਫੀਵਰ ਦੇ ਸਿਮਟਮ, ਸ਼ੋਰਟਨੈਸ ਆਫ ਬ੍ਰੈਥ ਦੇ ਸਿਮਟਮ, ਜਾਂ ਉਹਨਾਂ ਨੂੰ ਕੌਫ ਆਉਂਦੀ ਆ, ਉਹ ਮਾਸਕ ਪਾਉਣ। ਪਰ ਜਿਹੜੇ ਨੋਰਮਲ ਇਨਸਾਨ ਆ, ਵਾਕੀ ਟੋਕੀ, ਉਹਨਾਂ ਨੂੰ ਮਾਸਕ ਪਾਉਣ ਦੀ ਲੋੜ ਨਹੀਂ, ਨਾ ਹੀ ਉਹਨਾਂ ਨੂੰ ਇਸ ਵੇਲੇ ਪਾਉਣਾ ਚਾਹੀਦਾ। ਅਵੋਇਡ ਟੱਚਿੰਗ ਯੋਰ ਆਈਜ਼। ਤੁਸੀਂ ਆਪਣੀ ਆਪ ਦਾ ਬਿਗੈਸਟ ਐਨਮੀ ਬਣ ਸਕਦੇ ਜੋ, ਜੇ ਤੁਸੀਂ ਥਾਂ ਥਾਂ 'ਤੇ ਹੱਥ ਲਾ ਕੇ ਆਪਣੇ ਯੂਨੋ ਅੱਖਾਂ ਨੂੰ ਹੱਥ ਲਾਓ, ਨੱਕ ਨੂੰ ਹੱਥ ਲਾਓ, ਮੂੰਹ ਨੂੰ ਹੱਥ ਲਾਓ। ਨੰਬਰ ਜਿਹੜੀ ਸਭ ਤੋਂ ਮੇਨ ਚੀਜ਼ ਆ, ਇਹ ਯਾਦ ਰੱਖੋ ਕਿ ਇਹਦੀ ਕੋਈ ਵੀ ਅਜੇ ਤੱਕ ਦਵਾਈ ਨਹੀਂ ਆ, ਹਜੇ ਤੱਕ ਕੋਈ ਵੀ ਇਹਦੀ ਵੈਕਸੀਨ ਨਹੀਂ ਆ। ਸੋ ਪ੍ਰੀਵੈਂਸ਼ਨ ਇਜ਼ ਦ ਕੀ। ਜੇ ਤੁਹਾਨੂੰ ਇਹ ਸਿਮਟਮਸ ਜਿਹੜੀ ਆਪਾਂ ਗੱਲ ਕੀਤੀ ਉਹ ਹੁੰਦੇ ਆ, ਦੈਨ ਗੋ ਟੂ ਯੂਰ ਕਲੀਅਰ ਯੂਨੋ ਕਲੋਸੈਸਟ ਹੋਸਪਿਟਲ। ਜਿੱਦਾਂ ਤੁਸੀਂ ਕਿ ਹੁਣ ਸਕਰੀਨ 'ਤੇ ਵੇਖ ਸਕਦੇ ਜੋ, ਕਿਉਂਕਿ ਸਾਨੂੰ ਆਬਵੀਅਸਲੀ ਏਅਰ ਟਰੈਵਲ 'ਤੇ ਆਪਣਾ ਯੂਨੋ ਇੰਡੀਅਨਸ ਦੇ ਵਿੱਚ ਪੰਜਾਬੀ ਵਿੱਚ ਕਾਫੀ ਆਪਾਂ ਇੰਡੀਆ ਆਉਣਾ ਹੁੰਦਾ, ਸੋ ਉਹਦੀ ਵੀ ਗੱਲ ਕਰ ਲਈਏ ਕਿ ਜਿੰਨੇ ਇੰਡੀਆ ਆਉਣਾ ਉਹਨਾਂ ਨੂੰ ਜਾਂ ਇੰਡੀਆ ਤੋਂ ਵਾਪਸ ਜਾ ਰਹੇ ਉਹਨਾਂ ਨੂੰ ਕਿਹੜੇ ਐਕਸਟਰਾ ਪ੍ਰੀਕੋਸ਼ਨਸ ਲੈਣੇ ਚਾਹੀਦੇ ਆ। ਸਿਮਿਲਰਲੀ ਅਗੇਨ, ਵਾਸ਼ ਯੋਰ ਹੈਂਡਸ, ਆਪਣੇ ਹੱਥ ਸਾਫ਼ ਰੱਖੋ, ਅਤੇ ਜੇ ਕੋਈ ਕੌਫ ਕਰਦਾ ਉਹ ਤੋਂ ਦੂਰ ਰਹੋ, ਜਿਹੜੀਆਂ ਆਪਣੀ ਅੱਖਾਂ ਨੂੰ ਹੱਥ ਨਾਲ ਲਾਓ, ਸੇਮ ਥਿੰਗ। ਬਟ ਤੁਸੀਂ ਇਹ ਟਰੈਵਲ ਕਰ ਸਕਦੇ ਜੋ, ਅਗੇਨ ਅਸੀਂ ਤਾਂ ਪਰ ਇਹੋ ਕਹਾਂਗੇ ਜੇ ਤੁਹਾਨੂੰ ਲੋੜ ਆ ਫਿਰ ਟਰੈਵਲ ਕਰੋ, ਨਹੀਂ ਤਾਂ ਨਾ ਕਰੋ। ਸੋ ਐਸੇ 8 ਕੁਸ਼ਚਨ ਮੈਂ ਤੁਹਾਡੇ ਨਾਲ ਡਿਸਕਸ ਕਰਾਂਗਾ, ਜਿਹੜੇ ਤੁਹਾਨੂੰ ਸੋਸ਼ਲ ਮੀਡੀਆ 'ਤੇ ਸ਼ਾਇਦ ਹੋ ਸਕਦਾ ਤੁਸੀਂ ਸੁਣੇ ਹੋਣ ਕਿ ਤੁਸੀਂ ਇਹ ਚੀਜ਼ਾਂ ਤੋਂ ਦੂਰ ਰਹੋ ਜਾਂ ਮੋਰ ਅਵੇਅਰ ਹੋ। ਨੰਬਰ 1, ਇਸ ਵੇਲੇ ਕਾਫੀ ਗੱਲਬਾਤ ਚੱਲ ਰਹੀ ਹੈ, ਇੱਕ ਵਟਸਐਪ 'ਤੇ ਵੀਡੀਓ ਸੀ ਗੰਢੇ ਦੀ, ਉਹ ਕੋਈ ਜਨਾਨੀ ਉਹ ਗੱਲ ਕਰ ਰਹੀ ਗੰਢੇ ਖਾ ਲਓ ਅਤੇ ਗੰਢੇ ਖਾਣ ਨਾਲ ਕਰੋਨਾ ਵਾਇਰਸ ਨਹੀਂ ਆਊਗੀ, ਜਾਂ ਆਪਣੇ ਅਕਸਰ ਪੰਜਾਬੀਆਂ 'ਚ ਹੁੰਦਾ ਕਿ ਹਲਦੀ ਜਾਂ ਤੁਲਸੀ। ਸੋ ਜਿਹੜੀ ਗੰਢੇ ਵਾਲੀ ਗੱਲ ਆ ਉਹ ਤਾਂ ਮੈਨੂੰ ਨਹੀਂ ਲੱਗਦਾ ਸੱਚੀ ਆ। ਜਿੱਥੋਂ ਤੱਕ ਹਲਦੀ ਜਾਂ ਤੁਲਸੀ ਦੀ ਗੱਲ ਆ, ਉਹ ਤਾਂ ਬਹੁਤ ਹੀ ਵਧੀਆ ਚੀਜ਼ਾਂ ਵਾ, ਠੀਕ ਆ। ਉਹ ਨੋਰਮਲ ਵਾਇਰਸ ਵਿੱਚ ਆਪਾਂ ਨੂੰ ਫਲੂ ਹੋ ਜਾਂਦਾ, ਨਮੋਨੀਆ ਹੋ ਜਾਂਦਾ ਜਾਂ ਕੋਈ ਵੀ ਗੱਲ ਆ, ਆਪਾਂ ਨੂੰ ਉਹ ਲੈਣ 'ਚ ਕੋਈ ਹਾਰਮ ਨਹੀਂ। ਪਰ ਇਹ ਨਾ ਕਰੋ ਕਿ ਉਹਨਾਂ ਨੂੰ ਤੁਸੀਂ ਹੱਥੋਂ ਵੱਧ ਲੈ ਲਓ, ਕਿਉਂਕਿ ਕੋਈ ਵੀ ਚੀਜ਼ ਜ਼ਿਆਦਾ ਮਾਤਰਾ ਵਿੱਚ ਲਈ ਨੁਕਸਾਨਦਾਰ ਹੋ ਸਕਦੀ ਆ। ਸੋ ਲਿਮਿਟ ਵਿੱਚ ਰਹੋ,
ਪਰ ਇਹਦਾ ਕੋਈ ਟ੍ਰੀਟਮੈਂਟ ਨਹੀਂ ਅਜੇ ਤੱਕ ਪ੍ਰੂਵ ਹੋਇਆ, ਹਲਦੀ ਜਾਂ ਤੁਲਸੀ, ਪਰ ਇਹ ਆ ਕਿ ਇਹ ਤੁਹਾਡੇ ਹੈਲਪ ਕਰ ਸਕਦੀਆਂ, ਸੋ ਲੈ ਸਕਦੇ ਜੋ। ਮਿਥ ਨੰਬਰ ਟੂ ਕਿ ਜਦੋਂ ਅਸੀਂ ਵੀ ਮੈਡੀਕਲ ਕੈਂਪ ਲਾਉਣੇ ਸੀ ਸਾਡੇ ਵੀ ਦਿਮਾਗ ਵਿੱਚ ਇਹ ਕਿ ਜਿਹੜੀ ਵਾਰਮ ਵੈਦਰ ਆ, ਵਾਰਮ ਵੈਦਰ ਦੇ ਨਾਲ ਇਹ ਵਾਇਰਸ ਮਰ ਜੂਗੀ। ਸੋ ਇਹ ਵੀ ਗੱਲ ਮੈਂ ਦੱਸਦਾ ਕਿ ਇਹਦੇ ਵਿੱਚ ਵੀ ਕੋਈ ਵੀ ਸੱਚਾਈ ਨਹੀਂ ਆ। ਜਿਹੜੀਆਂ ਕਿ ਕਰੋਨਾ ਫੈਮਿਲੀ ਦੇ ਵਾਇਰਸਿਸ ਆ ਉਹਨਾਂ ਵਿੱਚ ਇਹ ਜ਼ਰੂਰ ਹੁੰਦਾ ਕਿ ਜਿੱਦਾਂ ਫਲੂ ਆ ਉਹ ਗਰਮੀਆਂ ਵਿੱਚ ਘੱਟ ਹੁੰਦਾ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਹੁੰਦਾ ਹੀ ਨਹੀਂ। ਇੱਦਾਂ ਹੀ ਕਰੋਨਾ ਵਾਇਰਸ ਦਾ ਹਜੇ ਸਾਨੂੰ ਪਤਾ ਹੀ ਨਹੀਂ ਕਿ ਇਹ ਗਰਮੀਆਂ ਵਿੱਚ ਫੈਲ ਸਕਦੀ ਕਿ ਨਹੀਂ ਫੈਲ ਸਕਦੀ। ਸੋ ਹਜੇ ਹੁਣੇ ਕਹਿਣਾ ਕਿ ਕਿਉਂਕਿ ਗਰਮੀਆਂ ਅੱਗੇ ਆਉਣ ਦੀਆਂ ਅਤੇ ਸ਼ਾਇਦ ਇਹ ਕਰੋਨਾ ਵਾਇਰਸ ਨਾ ਫੈਲੇ, ਇਹ ਗੱਲ ਸੱਚੀ ਨਹੀਂ ਆ। ਨੰਬਰ ਥ੍ਰੀ ਗੱਲ ਉਹੀ ਫੇਸ ਮਾਸਕ ਦੀ ਕਿ ਸਾਨੂੰ ਉਹ ਮਾਸਕ ਪਾਉਣਾ ਚਾਹੀਦਾ ਕਿ ਨਹੀਂ। ਵੇਖੋ ਮਾਸਕ ਫਿਰ ਹੀ ਪਾਓ ਜੇ ਤੁਸੀਂ ਤਿੰਨ ਕੈਟਾਗਰੀ 'ਚ, ਜਾਂ ਤਾਂ ਤੁਸੀਂ ਪੇਸ਼ੈਂਟਸ ਦੀ ਟੇਕ ਕੇਅਰ ਕਰ ਰਹੇ ਹੋ ਜਿਹੜੇ ਹਾਈ ਰਿਸਕ ਆ, ਜਾਂ ਤੁਸੀਂ ਤੁਹਾਨੂੰ ਆਪ ਲੱਗਦਾ ਕਿ ਤੁਹਾਨੂੰ ਕਰੋਨਾ ਵਾਇਰਸ ਆ, ਜਾਂ ਤੁਸੀਂ ਉਹੋ ਜਿਹੀ ਜਗ੍ਹਾ ਵਿੱਚ ਰਹਿ ਰਹੇ ਹੋ ਜਿੱਥੇ ਕਰੋਨਾ ਵਾਇਰਸ ਦਾ ਕਾਫੀ ਜ਼ਿਆਦਾ, ਜਿੱਦਾਂ ਚਾਈਨਾ, ਇਰਾਨ, ਇਟਲੀ, ਪਰ ਇੰਡੀਆ ਜਾਂ ਅਮੈਰੀਕਾ ਜਾਂ ਕੈਨੇਡਾ ਉਹਨਾਂ ਨੂੰ ਹਜੇ ਫੇਸ ਮਾਸਕ ਦੀ ਲੋੜ ਕੋਈ ਨਹੀਂ ਅਤੇ ਨਾ ਹੀ ਹੋਪਫੁਲੀ ਪਵੇ। ਨੰਬਰ ਚਾਰ ਜਿਹੜਾ ਅਕਸਰ ਆ ਕਿ ਜਿਹੜੇ ਪੈਕੇਜਿਸ ਕੈਨੇਡਾ ਆਪਣੇ ਚਾਈਨਾ ਤੋਂ ਆਉਂਦੇ ਆ ਉਹਨਾਂ ਨੂੰ ਅਸੀਂ ਹੱਥ ਲਈਏ ਕਿ ਨਾ ਲਈਏ। ਵੇਖੋ ਅਜੇ ਤੱਕ ਪ੍ਰੂਵਨ ਨਹੀਂ ਹੋਇਆ ਕਿ ਜਿਹੜੀ ਕਰੋਨਾ ਵਾਇਰਸ ਆ ਉਹ ਇੱਦਾਂ, ਕਿਉਂਕਿ ਕਾਫੀ ਟਾਈਮ ਚਾਈਨਾ ਤੋਂ ਆਉਂਦਿਆਂ ਕੋਈ ਚੀਜ਼ ਨੂੰ ਲੱਗ ਜਾਂਦਾ, ਮੇ ਬੀ 2 to 4 days, ਹਜੇ ਤੱਕ ਅਸੀਂ ਕਹਿ ਨਹੀਂ ਸਕਦੇ। ਪਰ ਤੁਹਾਨੂੰ ਮੈਂ ਇਹੋ ਹੀ ਕਹੂੰਗਾ ਕਿ ਐਕਸਟਰਾ ਅਵੇਅਰ ਹੋ, ਜੇ ਕਿਸੇ ਪੈਕੇਜ ਨੂੰ ਹੱਥ ਲਾਉਣਾ ਉਹ ਤੋਂ ਬਾਅਦ ਆਪਣੇ ਹੱਥ ਜ਼ਰੂਰ ਧੋ, ਜਾਂ ਉਹ ਪੈਕੇਜ ਨੂੰ ਪਹਿਲਾਂ ਸਾਫ਼ ਜ਼ਰੂਰ ਕਰੋ ਆਪਣੇ ਹੱਥ ਲਾਉਣ ਤੋਂ ਪਹਿਲਾਂ। ਨੰਬਰ ਫਾਈਵ, ਇਹ ਜਿਹੜੀ ਫਿਰ ਅਗੇਨ ਉਹ ਰਿਪੀਟਿਡ ਆ ਕਿ ਐਲਡਰਸ ਅਤੇ ਜਿਹੜੇ ਬਿਮਾਰ ਆ ਉਹਨਾਂ ਨੂੰ ਹੀ ਕਰੋਨਾ ਵਾਇਰਸ ਹੋ ਸਕਦੀ ਆ। ਨਹੀਂ, ਇਹ ਵੀ ਗੱਲ ਸੱਚੀ ਨਹੀਂ, ਇਹ ਕਿਸੇ ਨੂੰ ਵੀ ਹੋ ਸਕਦੀ ਆ, ਪਰ ਇਹ ਆ ਕਿ ਜਿਨ੍ਹਾਂ ਨੂੰ ਅੱਗੇ ਕੋਈ ਬਿਮਾਰੀ ਆ, ਕੋਈ ਐਲਡਰ ਆ, ਕੋਈ ਸਿੱਖ ਆ, ਉਹਨੂੰ ਚਾਂਸਿਸ ਹਾਈ ਆ ਕਿ ਉਹਨੂੰ ਜਿਹੜੀ ਇਹਦੀ ਸਵੀਅਰ ਫੋਰਮ ਆ, ਜਿਹੜੀ ਜਾਨਲੇਵਾ ਫੋਰਮ ਆ, ਉਹ ਹੋ ਸਕਦੀ ਆ। ਜਿਹੜੇ ਬੱਚੇ ਆ ਜਾਂ ਜਿਨ੍ਹਾਂ ਦਾ ਜਿਹੜੇ ਆਪਣੇ ਜਿਮ ਜਾਂਦੇ ਆ, ਇਮਿਊਨ ਸਿਸਟਮ ਸਹੀ ਆ, ਉਹਨਾਂ ਨੂੰ ਇਹਦੇ ਚਾਂਸਿਸ ਘੱਟ ਆ। ਨੰਬਰ ਸਿਕਸ, ਕੀ ਆਪਾਂ ਨੂੰ ਕੁੱਤਿਆਂ, ਬਿੱਲੀਆਂ ਜਾਂ ਹੋਰ ਜਾਨਵਰਾਂ ਤੋਂ ਇਹ ਕਰੋਨਾ ਵਾਇਰਸ ਆਪਾਂ ਨੂੰ ਸਪਰੈਡ ਹੋ ਸਕਦੀ ਆ? ਇਹਦਾ ਵੀ ਅਜੇ ਤੱਕ ਕੋਈ ਵੀ ਸਾਡੇ ਕੋਲ ਪ੍ਰੂਫ ਨਹੀਂ ਆ, ਸੋ ਅਸੀਂ ਨਹੀਂ ਕਹਿ ਸਕਦੇ ਕਿ ਇਹ ਹੋ ਸਕਦੀ ਆ, ਪਰ ਮੈਂ ਇਹ ਵੀ ਨਹੀਂ ਕਹਿ ਸਕਦਾ ਕਿ ਨਹੀਂ ਹੋ ਸਕਦੀ। ਸੋ ਬੀ ਸੇਫ, ਕੋਈ ਵੀ ਜਾਨਵਰ ਆ ਉਹ ਤੋਂ ਦੂਰ ਰਹੋ, ਜੇ ਤੁਸੀਂ ਮੀਟ ਖਾਂਦੇ ਜੋ ਅਤੇ ਮੀਟ ਨੂੰ ਪ੍ਰੋਪਰਲੀ ਕੁੱਕ ਕਰੋ, ਜੇ ਤੁਸੀਂ ਕੋਈ ਵੀ ਐਸਾ ਜਾਨਵਰ ਨਾ ਖਾਓ ਜਿਹੜਾ ਬਿਮਾਰ ਹੋ ਕੇ ਮਰ ਕੇ ਮਰਿਆ ਹੋਵੇ। ਸੋ ਯੂਨੋ ਜੇ ਤੁਹਾਨੂੰ ਪਤਾ ਨਹੀਂ ਤੁਹਾਡਾ ਮੀਟ ਕਿੱਥੋਂ ਆ ਰਿਹਾ, ਦੈਨ ਅਵੋਇਡ ਇਟ, ਉਹਨੂੰ ਅਵੋਇਡ ਕਰੋ। ਨੰਬਰ ਸੈਵਨ, ਇਹ ਤਾਂ ਅਕਸਰ ਹੀ ਪੰਜਾਬ ਵਿੱਚ ਜਾਂ ਬਾਹਰ ਵੇਖਿਆ ਜਾਂਦਾ ਆਪਣੇ ਪੰਜਾਬੀਆਂ 'ਚ ਕਿ ਐਂਟਾਬਾਇਓਟਿਕ ਲੈ ਲਾਂ ਅਤੇ ਉਹਨਾਂ ਕਰੋਨਾ ਵਾਇਰਸ ਚੱਲ ਜੂਗੀ। ਵੇਖੋ ਐਂਟਾਬਾਇਓਟਿਕ ਹੁੰਦੀ ਹੈ ਐਂਟਾ ਜਿਹੜੇ ਬੈਕਟੀਰੀਆ ਮਾਰਦੀ ਆ, ਉਹਦਾ ਵਾਇਰਸ ਨਾ ਤਾਂ ਕੋਈ ਲੈਣ ਦੇਣ ਨਹੀਂ, ਸੋ ਐਂਟਾਬਾਇਓਟਿਕ ਤੋਂ ਦੂਰ ਹੋ, ਨਾ ਹੀ ਪ੍ਰੋਫਲੈਕਟਿਕ ਕਿ ਪਹਿਲਾਂ ਹੀ ਐਂਟਾਬਾਇਓਟਿਕ ਲੈਣੀ ਸ਼ੁਰੂ ਕਰ ਦੋਗੀ ਤਾਂ ਮੈਨੂੰ ਕਰੋਨਾ ਵਾਇਰਸ ਨਾ ਹੋ ਜਾਵੇ, ਮੈਂ ਐਂਟਾਬਾਇਓਟਿਕ ਲੈਣਾ। ਨੰਬਰ ਏਟ, ਕਿ ਹੈਂਡ ਸੈਨੇਟਾਈਜ਼ਰ ਯੂਜ਼ ਕਰਾਂ ਕਿ ਸਾਬਣ? ਮੈਂ ਤੁਹਾਨੂੰ ਇਹ ਕਹੂੰਗਾ ਕਿ ਜੇ ਹੋ ਸਕੇ ਤਾਂ ਸਾਬਣ ਯੂਜ਼ ਕਰੋ ਆਪਣੇ ਹੱਥ ਧੋਣ ਲਈ, ਅਤੇ ਜੇ ਤੁਹਾਡੇ ਕੋਲ ਸਾਬਣ ਨਹੀਂ ਹੈਗਾ ਤਾਂ 60% ਤੋਂ ਵੱਧ ਐਲਕੋਹੋਲ ਵਾਲਾ ਸੈਨੇਟਾਈਜ਼ਰ ਯੂਜ਼ ਕਰੋ। ਅਸੀਂ ਹੋਸਪਿਟਲ ਜਿਹੜੀ ਹੋਸਪਿਟਲ ਦੀ ਗੱਲ ਕੀਤੀ ਜਾਂ ਟ੍ਰੀਟਮੈਂਟ ਦੀ ਗੱਲ ਕੀਤੀ, ਕਿਉਂਕਿ ਦਵਾਈ ਤਾਂ ਇਹਦੀ ਕੋਈ ਨਹੀਂ ਹੈਗੀ, ਪਰ ਬੜੀਆਂ ਐਸੀਆਂ ਚੀਜ਼ਾਂ ਵਾ ਜਿਹਨਾਂ ਦੀ ਸਾਡੇ ਕੋਲ ਦਵਾਈ ਨਹੀਂ ਹੈਗੀ, ਬਟ ਅਸੀਂ ਉਹਨੂੰ ਕੰਟਰੋਲ ਕਰ ਲੈਂਦੇ ਹਾਂ। ਜਿੱਦਾਂ ਵਾਇਰਸ ਆ, ਤੁਹਾਡਾ ਆਪਣਾ ਇਮਿਊਨ ਸਿਸਟਮ ਆ ਉਹਨੂੰ ਫਾਈਟ ਕਰ ਲੈਂਦਾ, ਤੁਹਾਡਾ ਆਪਣੀ ਜਿਹੜੀ ਸਰੀਰ ਨੇ ਐਸੀਆਂ ਚੀਜ਼ਾਂ ਤੁਹਾਡੇ ਅੰਦਰ ਬਣਾਈਆਂ ਵਾ ਜਿਹੜੀਆਂ ਕੋਈ ਵੀ ਚੀਜ਼ ਨੂੰ ਫਾਈਟ ਕਰਦੀਆਂ, ਉਹਨਾਂ ਨਾਲ ਲੜਾਈ ਕਰਦੀਆਂ। ਪਰ ਜਦੋਂ ਤੁਸੀਂ ਹੋਸਪਿਟਲ 'ਚ ਜਾਂਦੇ ਹੋ ਤਾਂ ਅਸੀਂ ਤੁਹਾਡਾ ਇਮਿਊਨ ਸਿਸਟਮ ਸਟਰੋਂਗਰ ਕਰ ਸਕਦੇ ਹਾਂ, ਕਿ ਤੁਹਾਡੀ ਜਿਹੜੀ ਉਹ ਲੜਾਈ ਆ, ਸਰੀਰਕ ਦੀ ਲੜਾਈ ਆ, ਉਹ ਅਸੀਂ ਥੋੜ੍ਹੀ ਜਿਹੀ ਤੇਜ਼ ਕਰ ਸਕਦੇ ਹਾਂ। ਸੋ ਇਹ ਸੀ ਆਪਣੇ 8 ਪੁਆਇੰਟ ਜਿਹੜੇ ਮੈਂ ਤੁਹਾਨੂੰ ਜਾਣਕਾਰ ਕਰਾਉਣਾ ਚਾਹੁੰਦਾ ਸੀ। ਪਰ ਐਕਚੁਅਲੀ ਇੱਕ ਹੋਰ ਜਿਹੜਾ ਸਭ ਤੋਂ ਜ਼ਿਆਦਾ ਚੀਜ਼ ਜਿਹੜੀ ਮੈਂ ਮਿਸ ਕਰ ਗਿਆ, ਮੈਨੂੰ ਤਾਂ ਮਜ਼ਾਕ ਲੱਗ ਰਹੀ ਹੈ ਕਿ ਐਸੇ ਲੋਕ ਵੀ ਦੁਨੀਆ 'ਚ ਹੈਗੇ ਆ ਜਿਹੜੇ ਕੋਈ ਆਪਣੀ ਪ੍ਰੋਡਕਟ ਨੂੰ ਵੇਚ ਸਕਦੇ ਆ ਇਸ ਟਾਈਮ 'ਤੇ, ਜਿਨ੍ਹਾਂ ਨੂੰ ਜਾਣਕਾਰੀ ਕੋਈ ਨਹੀਂ ਕਿ ਇਹ ਗੱਲਾਂ ਚੱਲਣ ਦੀਆਂ ਕਿ ਸ਼ਰਾਬ ਨਾਲ ਕਰੋਨਾ ਵਾਇਰਸ ਮਰ ਜਾਂਦੀ ਆ, ਕਿ ਸ਼ਰਾਬ ਪੀਓ। ਮੈਂ ਤਾਂ ਮਤਲਬ ਕਿ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਐਸੇ ਲੋਕਾਂ ਨੂੰ ਜਿਹੜੇ ਇਹ ਚੀਜ਼ ਨੂੰ ਇੱਦਾਂ ਪ੍ਰਮੋਟ ਕਰ ਰਹੇ ਆ, ਸ਼ਰਾਬ ਨੂੰ ਪ੍ਰਮੋਟ ਕਰ ਰਹੇ ਆ, ਇਹ ਬਿਲਕੁਲ ਗਲਤ ਆ। ਸ਼ਰਾਬ ਤੁਸੀਂ ਨੱਕ ਤਾਂ ਨਹੀਂ ਪੀਓਗੇ ਕਿ ਅੱਖਾਂ ਤਾਂ ਨਹੀਂ ਪੀਓਗੇ ਜਾਂ ਮੂੰਹ ਤਾਂ ਨਹੀਂ ਪੀ ਲਓਗੇ, ਅਤੇ ਕਰੋਨਾ ਵਾਇਰਸ ਜਿਹੜੀ ਅੰਦਰ ਚੱਲ ਗਈ ਤੁਹਾਡੇ ਖੂਨ 'ਚ, ਉੱਥੋਂ ਤੱਕ ਸ਼ਰਾਬ ਥੋੜ੍ਹੀ ਜਾਣੀ ਆ। ਸ਼ਰਾਬ ਨੇ ਤੁਹਾਨੂੰ ਤੁਹਾਡੀ ਲਿਵਰ ਨੂੰ ਮਾਰਨਾ, ਉਹ ਤੁਹਾਨੂੰ ਮਾਰੂਗੀ, ਕਰੋਨਾ ਵਾਇਰਸ ਨੂੰ ਨਹੀਂ ਮਾਰੂਗੀ। ਸੋ ਜਿਹੜੇ ਵੀ ਲੋਕ ਇਹ ਚੀਜ਼ ਨੂੰ ਪ੍ਰਮੋਟ ਕਰਦੇ ਜਾਂ ਵਟਸਐਪ ਦੀਆਂ ਵੀਡੀਓ ਬਣਾ ਬਣਾ ਕੇ ਲੋਕਾਂ ਨੂੰ ਪਾਗਲ ਬਣਾਉਂਦੇ ਆ, ਉਹਨਾਂ ਨੂੰ ਇਹ ਡਰ ਹੋ ਕਿ ਇਹ ਜਿਹੜੀ ਕਰੋਨਾ ਵਾਇਰਸ ਹੈ ਤੁਹਾਡੇ ਤੱਕ ਵੀ ਪਹੁੰਚ ਸਕਦੀ ਆ, ਤੁਹਾਡੇ ਬੱਚਿਆਂ ਤੱਕ ਪਹੁੰਚ ਸਕਦੀ ਆ। ਗਲਤ ਇਨਫੋਰਮੇਸ਼ਨ ਨਾ ਪਾਓ, ਜੇ ਤੁਹਾਨੂੰ ਨਹੀਂ ਪਤਾ ਤਾਂ ਚੁੱਪ ਰਹੋ, ਜੇ ਤੁਹਾਨੂੰ ਇਨਫੋਰਮੇਸ਼ਨ ਇਹਦੇ ਬਾਰੇ ਚਾਹੀਦੀ ਆ CDC ਜਾਂ WHO ਤੋਂ ਲਓ,
ਐਵੇਂ ਵਟਸਐਪ ਦੀਆਂ ਵੀਡੀਓ ਨਾ ਬਲੀਵ ਕਰੋ। ਬੜਾ ਦੁੱਖ ਹੁੰਦਾ ਇਹੋ ਜਿਹੀਆਂ ਵੀਡੀਓ ਵੇਖ ਕੇ ਕਿ ਕੋਈ ਸ਼ਰਾਬ ਨੂੰ ਪ੍ਰਮੋਟ ਕਰ ਸਕਦਾ ਇਹੋ ਜਿਹੇ ਟਾਈਮ 'ਤੇ, ਅਤੇ ਉਹ ਐਸੇ ਲੋਕ ਜਿਹੜੇ ਉਹ ਚੀਜ਼ ਨੂੰ ਮੰਨ ਵੀ ਲੈਂਦੇ ਆ, ਹੈਰਾਨੀ ਹੁੰਦੀ ਆ। ਸੋ ਪਲੀਜ਼ ਬੀ ਸੇਫ। ਜੇ ਤੁਹਾਡਾ ਕੋਈ ਵੀ ਕੁਐਸਚਨ ਆ ਤੁਸੀਂ ਸਾਨੂੰ ਈਮੇਲ ਕਰ ਸਕਦੇ ਜੋ। ਜੇ ਸਾਨੂੰ ਲੱਗਾ ਕਿ ਸਾਨੂੰ ਫਿਰ ਕੋਈ ਐਪੀਸੋਡ ਕਰਨ ਦੀ ਲੋੜ ਆ, ਲੋਕਾਂ ਨਾਲ ਹੋਰ ਅਪ ਟੂ ਡੇਟ ਇਨਫੋਰਮੇਸ਼ਨ ਪਹੁੰਚਾਉਣ ਦੀ ਲੋੜ ਹੈ, ਅਸੀਂ ਉਹ ਵੀ ਕਰਾਂਗੇ। ਬਟ ਅਗੇਨ, ਆਪਣੇ ਆਪ ਨੂੰ ਪ੍ਰੋਟੈਕਟ ਕਰੋ, ਆਪਣੇ ਆਪ ਨੂੰ ਸਾਫ਼ ਸਫਾਈ ਵੱਲ ਧਿਆਨ ਰੱਖੋ। ਜੇ ਤੁਹਾਨੂੰ ਬਾਹਰ ਜਾਣ ਦੀ ਲੋੜ ਕੋਈ ਨਹੀਂ ਤਾਂ ਜਾਓ ਨਾ। ਜੇ ਕੋਈ ਐਸਾ ਤੁਹਾਨੂੰ ਬਿਮਾਰ ਵਿਅਕਤੀ ਵੇਖਦਾ ਉਹ ਤੋਂ ਦੂਰ ਰਹੋ। ਖਾਸ ਕਰਕੇ ਜੇ ਕੋਈ ਯੂਨੋ ਖੰਘ ਦਾ ਵਾ, ਕਿਸੇ ਨੂੰ ਬੁਖਾਰ ਆ, ਉਹ ਤੋਂ ਦੂਰ ਰਹੋ। ਜੇ ਤੁਸੀਂ ਹੈਲਥ ਕੇਅਰ ਵਰਕਰ ਜੋ, ਦੈਨ ਪ੍ਰੋਟੈਕਟ ਯੂਰਸੈਲਫ। ਪਰ ਜੇ ਤੁਹਾਡਾ ਕੋਈ ਪੇਸ਼ੈਂਟ ਆ ਜਿਹਨੂੰ ਇਹ ਬਿਮਾਰੀ ਹੋ ਸਕਦੀ ਆ, ਉਹ ਤੋਂ ਦੂਰ ਨਾ ਭੱਜੋ। ਦੇਖੋ, ਆਪਣੀ ਡਿਊਟੀ ਆ, ਆਪਾਂ ਡਾਕਟਰ ਹਾਂ, ਆਪਾਂ ਦੂਰ ਨਹੀਂ ਭੱਜ ਸਕਦੇ ਬਿਮਾਰੀ ਤੋਂ। ਆਪਾਂ ਨੂੰ ਤਾਂ ਬਿਮਾਰੀ ਨੂੰ ਹਿੱਟ ਕਰਨਾ ਪੈਣਾ, ਜੇ ਆਪਾਂ ਨਾ ਕਰਾਂਗੇ ਤਾਂ ਕੌਣ ਕਰੂਗਾ। ਬਟ ਅਗੇਨ, ਹੈਲਥ ਕੇਅਰ ਵਰਕਰਸ ਨੂੰ CDC ਜਾਂ WHO ਦੀ ਵਿਜ਼ਿਟ ਕਰਨੀ ਚਾਹੀਦੀ, ਵੈਬਸਾਈਟ ਜ਼ਰੂਰ, ਕਿਉਂਕਿ ਤੁਸੀਂ ਉਹ ਇਹ ਵਾਇਰਸ ਦੇ ਐਸੀ ਚੀਜ਼ ਨਾ ਬਣ ਜਾਓ ਜਿਹੜੀ ਵਾਇਰਸ ਇੱਕ ਨੂੰ ਦੂਜੇ ਤੱਕ ਪਹੁੰਚਾਉਂਦੀ ਆ। ਜੇ ਤੁਸੀਂ ਮਾਸਕ ਪਾਉਣਾ ਹੀ ਆ ਤਾਂ ਮਾਸਕ ਪਾਉਣ ਦੇ ਵੀ CDC 'ਤੇ ਇੱਕ ਪ੍ਰੋਪਰ ਵੇ ਆ ਕਿ ਤੁਸੀਂ ਮਾਸਕ ਕਿੱਦਾਂ ਪਾਉਣਾ। ਹੁਣ ਸਾਡਾ ਟਾਈਮ ਖਤਮ ਹੋ ਰਿਹਾ, ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਬਸ ਇੰਨਾ ਵਾ, ਵੇਖੋ ਜੇ ਕੋਈ ਥੁੱਕਦਾ ਵਾ ਤੁਹਾਡੇ 'ਤੇ ਜਾਂ ਕੋਈ ਡਰੋਪਲੇਟਸ ਆ ਉਹ ਤੁਹਾਡੇ ਅੱਗੇ ਆ ਜਾਂਦੇ ਆ, ਆਪਾਂ ਅਕਸਰ ਮਾਸਕ ਨੂੰ ਅੱਗਿਓਂ ਫੜ ਕੇ ਥੱਲੇ ਕਰਦੇ ਹਾਂ, ਫਿਰ ਆਪਾਂ ਪਾ ਲੈਂਦੇ ਹਾਂ ਉਹ ਸਾਰਾ ਗੰਦ, ਅਤੇ ਜਿਹੜਾ ਆਪਾਂ ਉਹ ਆਪਣੇ ਹੱਥਾਂ ਨੂੰ ਲਾ ਲਿਆ, ਅਤੇ ਫਿਰ ਕਈ ਵਾਰੀ ਵੇਖੀਦਾ ਮਾਸਕ ਇੱਥੋਂ ਤੱਕ ਹੁੰਦਾ ਅਤੇ ਨੱਕ ਤੱਕ ਹੁੰਦਾ ਹੀ ਨਹੀਂ, ਉਹੀ ਹੱਥ ਫਿਰ ਉਹ ਨੱਕ ਨੂੰ ਲਾ ਲੈਂਦੇ ਆ। ਮਾਸਕ ਪਾਓ ਅਤੇ ਹੱਥ ਨਾ ਫਿਰ ਲਾਓ, ਜੇ ਲਾਉਣਾ ਤਾਂ ਆਪਣੇ ਪਿੱਛੋਂ ਕੰਨਾਂ ਦੇ ਪਿੱਛੋਂ ਲਾ ਕੇ ਤਾਂ ਉਹਨੂੰ ਸੁੱਟੋ ਧਿਆਨ ਨਾਲ, ਇਹ ਨਹੀਂ ਕਿ ਸੜਕ 'ਤੇ ਸੁੱਟਦਾ ਅਤੇ ਹੋਰ ਕੋਈ ਵਿਚਾਰਾ ਹੱਥ ਲਾ ਲਏ। ਸੋ ਦੇਰ ਇਜ਼ ਲਾਟ ਆਫ ਪ੍ਰੀਕੋਸ਼ਨਸ, ਬਟ ਜੇ ਤੁਸੀਂ ਆਪਣੀ ਥੋੜ੍ਹੀ ਜਿਹੀ ਕਾਮਨ ਸੈਂਸ ਯੂਜ਼ ਕਰੋਗੇ ਨਾ, ਤੁਹਾਡੇ ਉਹ ਸਾਰੇ ਪ੍ਰੀਕੋਸ਼ਨਸ ਤੁਸੀਂ ਪਹਿਲਾਂ ਹੀ ਲੈ ਰਹੇ ਜੋ। ਹੱਥ ਸਾਫ਼ ਕਰੋ, ਬਿਮਾਰਾਂ ਤੋਂ ਦੂਰ ਰਹੋ। ਅਗੇਨ, ਸਾਡਾ ਟਾਈਮ ਖਤਮ ਹੋ ਰਿਹਾ, ਸੋ ਥੈਂਕ ਯੂ, ਤੁਸੀਂ ਸਾਨੂੰ ਸੁਣਿਆ, ਟਿਊਨ ਇਨ ਕੀਤਾ। ਵਿਲ ਸੀ ਯੂ ਨੈਕਸਟ ਵੀਕ ਵਿਦ ਅਨਦਰ ਐਪੀਸੋਡ। ਨਮਸਕਾਰ, ਸਤਿ ਸ਼੍ਰੀ ਅਕਾਲ।